ਅਸਲਾਮ ਵਾਲੇਕੁਮ, ਤੁਸੀਂ ਦੇਖ ਰਹੇ ਹੋ ਪੰਜਾਬੀ ਸ਼ੋਕ ਤੇ ਮੈਂ ਤੁਹਾਡਾ ਆਪਣਾ ਵੀਰਾ ਮੁਹੰਮਦ ਅਦਨਾਨ ਦਾਨੀ ਭੱਟ। ਅੱਜ ਇੱਕ ਬੜੀ ਜ਼ਬਰਦਸਤ ਸ਼ਖਸੀਅਤ, ਬੜੇ ਹੀ ਲੈਜੈਂਡ ਪਲੇਅਰ ਪਾਕਿਸਤਾਨ ਦੇ ਰਿਕਾਰਡ ਵਰਲਡ ਟੂਰ ਕਰਨ ਵਾਲੇ, ਦੁਨੀਆ ਦੇ ਸਭ ਤੋਂ ਜ਼ਿਆਦਾ ਮੁਲਕਾਂ 'ਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਲੇ ਔਰ ਪਾਕਿਸਤਾਨ ਦੇ ਬਿਹਤਰੀਨ ਲੈਜੈਂਡ ਸਟਾਰ ਜਾਫੀ ਸਾਡੇ ਨਾਲ ਮੌਜੂਦ ਨੇ ਜਨਾਬ ਨਈਮ ਸੰਧੂ ਸਾਹਿਬ। ਅਸਲਾਮ ਵਾਲੇਕੁਮ। ਵਾਲੇਕੁਮ ਨਈਮ ਭਾਈ, ਕੀ ਹਾਲ ਜੇ? ਅੱਲਾ ਬਹੁਤ ਸ਼ੁਕਰ। ਨਹੀਂ ਭਾਈ, ਇਹ ਦੱਸੋ ਸਭ ਤੋਂ ਪਹਿਲੇ ਕਿ ਸਿਹਤ ਤੰਦਰੁਸਤੀ ਕੈਸੀ ਜੇ, ਫਿਟ ਫਾਟ ਹੋ ਸਾਰਾ? ਅਸੀਂ ਦੇਖਿਆ ਜੇ ਕਿ ਮਾਸ਼ਾਅੱਲਾ ਬਹੁਤ ਫਿਟ ਨੇ, ਇਹ ਤਾਂ ਨਜ਼ਰ ਆ ਰਿਹਾ ਜੇ, ਕੋਈ ਤੁਹਾਨੂੰ ਚਰਬੀ ਦਾ ਨਾਮੋ ਨਿਸ਼ਾਨ ਨਹੀਂ। ਔਰ ਯਕੀਨ ਕਰੋ ਕਿ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਮੁੰਡਾ ਹੁਣ 20 ਸਾਲਾਂ ਦਾ ਵਾ, ਲੇਕਿਨ ਭਾਈ ਹੁਣੀ ਏਜ ਇੰਨੀ ਹੋਣ ਦੇ ਬਾਵਜੂਦ ਵੀ, ਮਤਲਬ ਇੰਨੀ ਤਾਂ ਨਹੀਂ ਹੈਗੀ, ਮੇਰੇ ਤੋਂ ਛੋਟੇ ਹੀ ਨੇ ਸਾਲ, ਲੇਕਿਨ ਕਹਿਣ ਦਾ ਮਕਸਦ ਇਹ ਕਿ ਫਿਰ ਵੀ ਮਾਸ਼ਾਅੱਲਾ ਬਹੁਤ ਜ਼ਿਆਦਾ ਫਿਟ ਨੇ। ਔਰ ਅਸੀਂ ਦੇਖ ਕੇ ਸਭ ਤੋਂ ਪਹਿਲੇ ਬਹੁਤ ਜ਼ਿਆਦਾ ਹੈਰਾਨ ਹੋਏ ਕਿ ਯਾਰ ਨਹੀਂ ਭਾਈ, ਇਹ ਫਿਟਨੈਸ ਦਾ ਰਾਜ਼ ਦੱਸੋ ਪਹਿਲੇ, ਇਹਦੇ ਬਾਰੇ ਜਦ ਗੱਲ ਕਰੀਏ ਨਾ ਕਿ ਇੰਨੀ ਫਿਟਨੈਸ ਇਸ, ਮਤਲਬ ਤੁਹਾਨੂੰ ਵੀ ਦੱਸਦੇ ਰਹੀਏ ਕਿ ਨਾਲ ਨਾਲ ਕਿ ਨਹੀਂ ਭਾਈ ਦੇ ਆਪਣੇ ਮਾਸ਼ਾਅੱਲਾ ਚਾਰ ਬੱਚੇ ਨੇ ਔਰ ਇਹਨਾਂ ਨੇ ਇੱਕ ਬੇਟੀ ਦੀ ਸ਼ਾਦੀ ਵੀ ਕਰ ਲਈ ਹੈ, ਮਤਲਬ ਆਪਣੀ ਸੈਕਿੰਡ ਜਨਰੇਸ਼ਨ ਵੀ ਹੈ, ਉਹ ਵੀ ਅੱਲਾਹ ਇਹਨਾਂ ਨੂੰ ਦਿਖਾਉਣ ਵਾਲਾ ਜੀ, ਅੱਲਾਹ ਤਾਲਾ ਬਰਕਤ ਪਾਵੇ। ਅਤੇ ਇਸ ਦੇ ਬਾਵਜੂਦ ਵੀ ਤੁਹਾਨੂੰ ਫੀਲ ਨਹੀਂ ਹੋਏਗਾ ਅਤੇ ਕਿਤੋਂ ਵੀ ਇਹਦੇ ਵਿੱਚ ਫਿਟਨੈਸ ਉਹਨਾਂ ਦੀ ਕਿਤੇ ਕਮੀ ਜੇ? ਨਹੀਂ ਭਾਈ, ਇਹਦੇ ਬਾਰੇ ਦੱਸੋ ਕਿ ਇੰਨਾ ਫਿੱਟ ਕਿਉਂ ਜੇ, ਕਿਸ ਕੀ ਰਾਜ਼ ਜੇ ਦਾ? ਬਿਸਮਿਲ੍ਲਾਹ ਰਹਿਮਾਨ ਰਹਿਮ। ਦਰਾਨ ਭਾਈ, ਗੱਲ ਸਾ ਕੀ ਹੈ ਜੀ, ਸਾਡੇ ਉਸਤਾਦਾਂ ਦੇ ਹੁੰਦੇ ਪੁੱਤਰ, ਮਿਹਨਤ ਨਹੀਂ ਛੱਡਣੀ, ਮਿਹਨਤ ਚਲੋ ਦੋ ਟਾਈਮ ਤੇ ਮਸਟ ਹੈ ਨਾ ਬੰਦੇ ਨੂੰ, ਨਾ ਨਾ ਵੀ ਲਵਾਉਣਾ ਉਸਤਾਦਾਂ ਦਾ, ਆਪਣੇ ਦਾ ਉਸਤਾਦ ਗੁਲਾਮ ਬਾਤ ਬਾਤ। ਹਾਂਜੀ, ਕਿਉਂਕਿ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇੰਨੀ ਡਿਟੇਲ ਨਾਲ ਚੀਜ਼ਾਂ ਨਹੀਂ ਪਤਾ ਹੁੰਦੀਆਂ, ਇਸ ਕਰਕੇ ਨਾ ਲਿਆ ਕਰੋ। ਮੇਰੇ ਉਸਤਾਦ ਗੁਲਾਮ ਬਾਤ ਬਾਟ ਤੈਨੂੰ ਪਤਾ ਹੀ ਆ ਜੀ, ਹਾਂਜੀ ਅਸਲ ਲੈਜੰਡ ਉਹ ਹੈ, ਅਸੀਂ ਤਾਂ ਅੱਲਾ ਮਾਫ਼ ਕਰੇ ਜੀ ਉਹਨਾਂ ਦੇ ਪੈਣਗੇ ਵੀ ਨਹੀਂ। ਅਤੇ ਬਾਕੀ ਇਹ ਹੈ ਕਿ ਉਹਨਾਂ ਦੱਸਿਆ ਕਿ ਮਿਹਨਤ ਪੁੱਤਰ ਦੋ ਟਾਈਮ ਕਰਨੀ ਹੈ, ਬਾਕੀ ਚਲੋ ਦੋ ਟਾਈਮ ਨਹੀਂ ਕਰਦੇ, ਇੱਕ ਟਾਈਮ ਤਾਂ ਲਾਜ਼ਮੀ ਕਰਨੀ ਹੈ ਨਾ। ਅੱਲਾ ਦਾ ਸ਼ੁਕਰ ਹੈ, ਜਦੋਂ ਵੀ ਟਾਈਮ ਲੱਗਦਾ ਮੈਂ ਰੋਜ਼ਾਨਾ ਮੈਂ ਕਦੀ ਮਿਹਨਤ ਨਹੀਂ ਛੱਡੀ। ਅਤੇ ਨਹੀਂ ਭਾਈ, ਇਹ ਦੱਸੋ ਕਿ ਮਤਲਬ ਮੇਰਾ ਸਾਰੇ ਪਲੇਅਰਾਂ ਨੂੰ ਸਵਾਲ ਹੁੰਦਾ ਵਾ, ਜਿਹੜਾ ਕਿ ਟ੍ਰੈਂਡ ਚੱਲ ਰਿਹਾ ਵਾ ਪਾਕਿਸਤਾਨ ਕਬੱਡੀ ਨੂੰ ਜਿਹੜਾ ਖਰਾਬ ਕਰ ਰਿਹਾ, ਬਲਕਿ ਇੰਡੀਆ ਦੀ ਕਬੱਡੀ ਨੂੰ ਵੀ, ਚੜ੍ਹਦੇ ਪੰਜਾਬ ਦੀ ਕਬੱਡੀ ਨੂੰ ਵੀ ਖਰਾਬ ਕਰ ਰਿਹਾ, ਡਰੱਗਸ ਬਹੁਤ ਚੱਲ ਰਹੀਆਂ ਨੇ, ਕਿਆ ਇਹਦਾ ਇਸਤੇਮਾਲ ਤਾਂ ਨਹੀਂ ਤੁਸੀਂ ਕਰਦੇ ਜਾਂ ਇਹਨੂੰ ਇਹਦੇ ਬਾਰੇ ਕੀ? ਅਸੀਂ ਅੱਲਾ ਦਾ ਸ਼ੁਕਰ ਹੈ ਜੀ, ਮੈਂ ਤਕਰੀਬਨ 22-23 ਸਾਲ ਹੋ ਗਏ ਗੇਮ ਕਰਦੇ ਨੂੰ, ਅਲਹਮਦੁਲਿਲਾ ਕਦੀ ਇਹ ਕੰਮ ਨਹੀਂ ਕੀਤਾ, ਦੇਸੀ ਚੀਜ਼ਾਂ ਜਾਂ ਜਿਹੜੀਆਂ ਖੁਰਾਕਾਂ ਖਾਂਦਾ ਹੈ ਉਹਨਾਂ ਸਿਰ 'ਤੇ ਅੱਗੇ ਨਹੀਂ ਪਈ ਸਰ। ਅਤੇ ਇਹ ਦੱਸੋ ਕਿ ਮੈਂ ਸੁਣਦਾ ਪਿਆ ਸੀ, ਬਲਕਿ ਸੋਸ਼ਲ ਮੀਡੀਆ 'ਤੇ ਵੀ ਦੇਖਦਾ ਰਹਿੰਦਾ, ਆਪਣਾ ਬੇਟਾ ਕਬੱਡੀ ਦਾ ਮਾਸ਼ਾਅੱਲਾ ਸਟਾਰ ਬਣੇਗਾ ਇਨਸ਼ਾਅੱਲਾ, ਸੁਣਨ 'ਚ ਆ ਰਿਹਾ ਕਿ ਬਹੁਤ ਮਾਸ਼ਾਅੱਲਾ ਅੱਛੀ ਮਤਲਬ ਕਬੱਡੀ ਖੇਡ ਰਿਹਾ ਜੀ, ਕੀ ਨਾਮ ਜੀ ਆਪਣੇ ਬੇਟੇ ਦਾ ਉਹਦਾ? ਮੇਰਾ ਬੇਟਾ ਦਾ ਨਾਮ ਜੀ ਮੁਹੰਮਦ ਸ਼ਾਹਜ਼ੇਬ। ਠੀਕ ਹੋ ਗਿਆ। ਅਤੇ ਉਹ ਉਸਤਾਦ ਗੁਲਾਮ ਬਾਸ ਭੱਟ ਕੋਈ ਮੇਰੇ ਉਸਤਾਦ ਕੋਈ ਤਿਆਰੀ ਕਰਨ ਦਿਆ ਜੀ, ਤੈਨੂੰ ਪਤਾ ਜੀ ਸਾਡਾ ਇੱਕ ਹੀ ਘਰ ਹੈ, ਅੱਲਾ ਨੇ ਚਾਹਿਆ ਜੀ ਇਨਸ਼ਾਅੱਲਾ ਮਰਦ ਦਮ ਤੱਕ ਉਹਨਾਂ ਦਾ ਹੀ ਹੈ ਜੀ, ਅਤੇ ਪੁੱਤਰ ਮੇਰਾ ਸਾਰੀ ਉਮਰ ਮੇਰੇ ਉਸਤਾਦ ਲਈ ਖੇਡੇਗਾ ਜੀ ਇਨਸ਼ਾਅੱਲਾ, ਬਾਕੀ ਅੱਲਾ ਪਾਕ ਕਰਮ ਕਰੇ ਜੀ ਉਸਤਾਦ ਨੇ, ਤੈਨੂੰ ਪਤਾ ਜਿਹੜਾ ਨਾਲ ਲੱਗਾ ਹੈ ਤੈਨੂੰ ਪਤਾ ਕੌਣ ਹੀ ਉਹਨਾਂ ਕੋਲ ਐਸੇ ਨੇ ਮਾਸ਼ਾਅੱਲਾ ਹੀ ਰਹਿ ਗਏ, ਵੱਡੇ ਵੱਡੇ ਪਲੇਅਰ ਉਹਨਾਂ ਤਿਆਰ ਕੀਤੇ ਨੇ, ਅਤੇ ਇਹ ਵੀ ਇਨਸ਼ਾਅੱਲਾ ਤਾਂ ਅੱਲਾ ਨੇ ਚਾਹਿਆ। ਨਹੀਂ, ਅਸੀਂ ਨਾਲ ਨਾਲ ਤਸਵੀਰਾਂ ਵੀ ਅਤੇ ਉਹਨਾਂ ਦੀ ਵੀਡੀਓ ਵੀ ਇਹਨਾਂ ਕੋਲ ਲੈ ਕੇ ਇੱਥੇ ਥੱਲੇ ਸ਼ੇਅਰ ਕਰਾਂਗੇ, ਜਿਹੜੀ ਉਹਨਾਂ ਦੇ ਕੋਲ ਜੱਫੇ ਹੋਣਗੇ ਤੁਸੀਂ ਆਪ ਤੁਸੀਂ ਦੇਖਿਓ ਕਿ ਮਾਸ਼ਾਅੱਲਾ। ਔਰ ਉਹਨਾਂ ਦੀ ਪਰਫਾਰਮੈਂਸ ਦੇ ਬਾਰੇ ਵਿੱਚ ਕੋਈ ਥੋੜ੍ਹਾ ਜਿਹਾ ਰਿਕਾਰਡ ਵੀ ਹੈਗਾ ਨਈਮ ਭਾਈ ਕੋਲ? ਨਈਮ ਭਾਈ ਦੱਸੋ ਉਹਨਾਂ ਦੀ ਇਸ ਵੇਲੇ ਪਰਫਾਰਮੈਂਸ, ਤੁਸੀਂ ਗੱਲ ਕਰ ਰਹੇ ਸੀ ਕਿ ਪਿੱਛੇ ਮਤਲਬ ਮਾਸ਼ਾਅੱਲਾ ਇਵੈਂਟ ਹੋਇਆ। ਹਾਂਜੀ, ਤਕਰੀਬਨ ਲਾਹੌਰ ਦੇ ਵਿੱਚ 3 ਮੈਚ ਲਾਹੌਰ 'ਚ ਖੇਡੇ, ਉਸ ਤੋਂ ਬਾਅਦ ਹਾਫਜ਼ਾਬਾਦ, ਉਸ ਤੋਂ ਬਾਅਦ ਵਜ਼ੀਰਾਬਾਦ ਖੇਡੇ ਨੇ, ਯਾਨੀ ਕਿ 6 ਕੁ ਮੈਚ ਬਣਦੇ ਨੇ। ਤਾਂ ਅਲਹਮਦੁਲਿਲਾ ਉਹਨੇ ਤਕਰੀਬਨ ਕੋਈ 36-37 ਟੱਚ ਨੇ, ਤਾਂ ਜੋ 28-30 ਜੱਫੇ ਮਾਸ਼ਾਅੱਲਾ ਉਹਨੇ ਮਾਰੇ ਨੇ। ਸਹੀ ਸਹੀ, ਮਾਸ਼ਾਅੱਲਾ ਬਹੁਤ ਅੱਛੀ ਬਾਤ ਹੈ ਜੀ। ਔਰ ਇਹ ਪਾਕਿਸਤਾਨ ਦਾ ਸਿੱਧੇ ਸਿੱਧੇ ਜਿਸ ਤਰ੍ਹਾਂ ਕਿ ਉਸਤਾਦ ਗੁਲਾਮ ਬਸ ਅਬਾਸ ਭੱਟ ਸਾਹਿਬ ਨੇ ਇੱਕ ਹੀਰਾ ਤਿਆਰ ਕੀਤਾ, ਹੀਰਾ ਭੱਟ, ਔਰ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਹ ਵੀ ਇੱਕ
ਅੱਛਾ ਜਿਹੜਾ ਜੇ ਸਟੋਪਰ ਤਿਆਰ ਕਰਕੇ ਪਾਕਿਸਤਾਨ ਨੂੰ ਗਿਫਟ ਕਰਨ, ਪਾਕਿਸਤਾਨ ਕਲਰ ਪਹਿਨੇ, ਔਰ ਅਸੀਂ ਉਹਨਾਂ ਨੂੰ ਉਮੀਦ ਕਰਦੇ ਹਾਂ ਕਿ ਇੱਕ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਇੱਕ ਸਟਾਰ ਰੇਡਰ ਪੈਦਾ ਕੀਤਾ ਉਹਨਾਂ ਨੇ ਰਬਟ, ਇਸੇ ਤਰ੍ਹਾਂ ਇੱਕ ਸਟਾਰ ਜਾਫੀ ਵੀ ਉਹਨੂੰ ਤਿਆਰ ਕਰਨ ਔਰ ਪੋਲਿਸ਼ ਕਰਕੇ ਪਾਕਿਸਤਾਨ ਨੂੰ ਤੋਹਫਾ ਦੇਣ। ਅੱਛਾ ਨਹੀਂ ਬਾਈ, ਇਹ ਦੱਸੋ ਕਿ ਸਿਰਫ ਉਹੀ ਬੇਟਾ ਕਬੱਡੀ ਦੇ ਵਿੱਚ ਦਿਲਚਸਪੀ ਰੱਖਦਾ ਕਿ ਬਾਕੀ ਆਪਣੇ ਬੇਟੇ ਜਿਹੜੇ ਦੋ ਨੇ ਉਹ ਵੀ? ਬਾਕੀ ਵੀ ਕਾਲਜ ਜਾਂਦੇ ਨੇ ਮਾਸ਼ਾਅੱਲਾ ਜੀ, ਵੱਡਾ ਬੇਟਾ ਮੇਰਾ ਬੀ ਏ ਉਹਨੂੰ ਕਰਦੇ ਆ, ਯੂਨੀਵਰਸਿਟੀ ਜਾਂਦਾ ਜੀ, UCPL ਉਹ ਖੇਡਦਾ ਵੀ ਮਾਸ਼ਾਅੱਲਾ, ਉਹਨਾਂ HECL ਉਹ ਵੀ ਗੋਲਡ ਕੱਢਿਆ ਨੈਸ਼ਨਲ ਦੇ ਵਿੱਚ ਵੀ, ਉਸ ਤੋਂ ਬਾਅਦ UCPL ਵੀ ਉਹਦਾ ਗੋਲਡ ਹੈ, ਰੋਹਿੰਗ ਦੇ ਵਿੱਚ ਵੀ, ਰੋਹਿੰਗ ਦੀ ਮਾਸ਼ਾਅੱਲਾ ਗੇਮ ਕਰਦਾ ਉਹ ਨੈਸ਼ਨਲ ਲੈਵਲ 'ਤੇ ਜੀ। ਉਸ ਤੋਂ ਬਾਅਦ ਏਸ਼ੀਅਨ ਸਟਾਈਲ ਦਾ ਵੀ ਪਲੇਅਰ ਅੱਛਾ ਜੀ, ਉਹ ਨੈਸ਼ਨਲ ਗੇਮ ਦੇ ਵਿੱਚ ਉਹਨੇ ਪਾਰਟੀਸਪੇਟ ਕੀਤਾ ਸੀ। ਉਸ ਤੋਂ ਬਾਅਦ ਭਾਈ ਜਾਨ ਤੁਹਾਨੂੰ ਪਤਾ ਹੈ ਮਾਸ਼ਾਅੱਲਾ ਮੇਰੇ ਜਿਹੜੇ ਛੋਟੇ ਬੇਟੇ ਉਹ ਕਾਲਜ ਜਾਂਦੇ ਨੇ, ਜਿਹੜਾ ਸਭ ਤੋਂ ਛੋਟਾ ਉਹਨੂੰ ਸ਼ੌਕ ਹੈ ਜੀ ਵਿੱਚ ਘਰਲਾ, ਜਿਹੜਾ ਵਾ ਉਹਦਾ ਬਸ ਇਨਸ਼ਾਅੱਲਾ ਬਾਹਰ ਦਾ ਪ੍ਰੋਸੈਸ ਮੈਂ ਕਰਦਾ ਇਨਸ਼ਾਅੱਲਾ। ਅੱਛਾ ਨਹੀਂ ਬਾਈ, ਇਹ ਹਾਂਜੀ ਖੈਰ ਕਰ, ਨਹੀਂ ਬਾਈ ਇਹ ਦੱਸੋ ਕਿ ਵਾਲਦ ਸਾਹਿਬ ਦਾ ਵੀ ਰੁਝਾਨ ਇਸ ਚੀਜ਼ ਵੱਲ ਸੀ ਕਿ ਮਤਲਬ ਜੇ ਉਹਨਾਂ ਦਾ ਫੀਲਡ ਸ਼ੋਭਾ ਹੋਰ ਸੀ, ਕੀ ਕਰਦੇ ਸੀ ਉਹ ਆਪਣੀ? ਮੇਰੇ ਵਾਲਦ ਸਾਹਿਬ ਟੀਚਰ ਸਨ, ਠੀਕ ਟੀਚਰ ਰਿਟਾਇਰ ਹੋਏ, ਮੈਂ ਜਿਹੜਾ ਮੇਰਾ ਵੱਡਾ ਭਾਈ ਨਾ ਉਹਦੇ ਵੱਲੋਂ ਵੇਖ ਕੇ, ਆਸਫ ਭਾਈ ਨੇ ਮੇਰੇ ਮੇਰੇ ਨਾਲ ਹੀ ਮਹਿਕਮੇ 'ਚ, ਅਤੇ ਉਹਨਾਂ ਵੱਲੋਂ ਵੇਖ ਕੇ ਮੈਂ ਜਿਹੜਾ ਨਾ ਮੁਤਾਰਫ ਸਭ ਲੋਕ ਗੇਮ ਉਹਨਾਂ ਨੂੰ ਵੇਖ ਕੇ ਸ਼ੁਰੂ ਕੀਤੀ ਆ, ਮੇਰੇ ਆਈਡੀਅਲ ਨੇ ਸੀ ਉਹ। ਅਤੇ ਇਹ ਦੱਸੋ ਕਿ ਤੁਸੀਂ ਆਪਣੇ ਦੋਵਾਂ ਭਰਾਵਾਂ 'ਚ, ਵੈਸੇ ਤੁਸੀਂ ਇੱਜ਼ਤ ਦੀ ਨਜ਼ਰ ਵਿੱਚ ਤੁਸੀਂ ਉਹਨਾਂ ਨੂੰ ਕਹਿੰਦੇ ਹੋਵੋਗੇ ਕਿ ਮੇਰੇ ਤੋਂ ਅੱਛੇ ਪਲੇਅਰ ਨੇ, ਅਗਰ ਇੱਕ ਥਰਡ ਪਰਸਨ ਦੇਖੇ ਤੁਹਾਨੂੰ ਦੋਨਾਂ 'ਤੇ ਉਹ ਕੀ ਫੈਸਲਾ ਕਰੇ, ਦੋਨਾਂ 'ਚ ਕਿਹੜਾ ਅੱਛਾ ਪਲੇਅਰ 'ਚ ਬੜਾ ਭਾਈ ਅੱਛਾ ਸੀ ਜਾਂ ਛੋਟਾ ਅੱਛਾ ਸੀ ਹੈਗਾ ਜੀ? ਨਹੀਂ ਮੇਰੇ ਤੋਂ ਜਿਹੜਾ ਵੱਡਾ ਭਾਈ ਉਹ ਜ਼ਿਆਦਾ ਬੈਟਰ ਸੀ ਮੇਰਾ। ਅੱਛਾ ਜੀ, ਅੱਛਾ ਨਹੀਂ ਬਾਈ ਬਹੁਤ ਬਹੁਤ ਸ਼ੁਕਰੀਆ। ਨਹੀਂ ਬਾਈ ਇਹ ਦੱਸੋ ਕਿ ਹੁਣ ਅਸੀਂ ਆਈਏ ਮੌਜੂਦਾ ਕਬੱਡੀ ਦੇ ਹਾਲਾਤ ਹਾਜ਼ਰ ਵੱਲ, ਕਿ ਪਾਕਿਸਤਾਨ ਦਾ ਕੋਈ ਐਸਾ ਪਲੇਅਰ ਨਹੀਂ ਛੋਟਾ ਬੜਾ ਜੂਨੀਅਰ ਸੀਨੀਅਰ ਜਿਹੜਾ ਜਿਹਦਾ ਫੋਰਨ ਟੂਰ ਨਾ ਲੱਗਾ ਹੋਵੇ, ਅਤੇ ਐਸੇ ਪਲੇਅਰ ਵੀ ਗਏ ਨੇ ਜਿਹੜੇ ਕਿ ਨਜ਼ਰ ਆ ਰਿਹਾ ਸੀਗਾ ਕਿ ਫਿੱਟ ਨਹੀਂ ਹੈਗੇ ਇਸ ਵੇਲੇ ਉਹ, ਮਤਲਬ ਪਲੇਅਰ ਤਾਂ ਬਹੁਤ ਅੱਛੇ ਨੇ, ਲੈਜੈਂਡ ਪਲੇਅਰ ਨੇ ਪਾਕਿਸਤਾਨ ਦੇ, ਅਸੀਂ ਉਹਨਾਂ ਦੀ ਕੋਈ ਸ਼ਾਨ 'ਚ ਗੁਸਤਾਖੀ ਨਹੀਂ ਕਰਨਾ ਚਾਹੁੰਦੇ, ਲੇਕਿਨ ਕੁਛ ਪਲੇਅਰ ਐਸੇ ਐਸੇ ਜਿਨ੍ਹਾਂ ਦਾ ਨਜ਼ਰ ਆ ਰਿਹਾ ਸੀਗਾ ਕਿ ਉਹ ਫਿੱਟ ਨਹੀਂ ਹੈਗੇ ਇਸ ਕੈਲੀਬਰ ਦੇ, ਨਹੀਂ ਇਸ ਵੇਲੇ ਕਿ ਉਹਨਾਂ ਦਾ ਮਤਲਬ ਟੂਰ ਬਣਦਾ ਨਹੀਂ ਸੀ, ਅਤੇ ਤੁਹਾਡਾ ਮੈਂ ਹੁਣ ਦੇਖ ਕੇ ਅੰਦਾਜ਼ਾ ਲਾ ਰਿਹਾ ਕਿ ਤੁਸੀਂ ਇੰਨੇ ਫਿੱਟ ਹੋ, ਅਤੇ ਇਸ ਬਾਰੇ ਕੁਛ ਕਹਿਣਾ ਚਾਹੋਗੇ ਕਿ ਤੁਸੀਂ ਖੁਦ ਨਹੀਂ ਜਾਣਾ ਚਾਹ ਰਹੇ ਸੀ ਜਾਂ ਖੁਦ ਨਹੀਂ ਗਏ ਜਾਂ ਕਿਸੇ ਦੀ ਵਜ੍ਹਾ ਨਾਲ ਜਾਂ ਕੀ ਵਜ੍ਹਾ ਬਣੀ ਤੁਸੀਂ ਬਾਹਰ ਇੰਨੇ ਪਲੇਅਰ ਗਏ, ਤੁਸੀਂ ਕਿਉਂ ਨਹੀਂ ਨਜ਼ਰ ਆਏ ਬਾਹਰ? ਬਾਜੇ ਮੁਕੱਦਰ ਦੀ ਗੱਲ ਹੁੰਦੀ, ਦੇਖੋ ਅੱਜ ਕੱਲ੍ਹ ਜਦੀਦ ਦੌਰ ਹੈ ਜਿਹੜਾ, ਤੈਨੂੰ ਪਤਾ ਅਸੀਂ ਥੋੜ੍ਹਾ ਕੁ ਜ਼ਰਾ ਮਹਿਕਮੇ ਦੇ ਕਰਕੇ ਮੈਚ ਘੱਟ ਖੇਡਦੇ ਹਾਂ, ਜ਼ਰਾ ਫੈਸਲਾਬਾਦ ਜਿਹੜਾ ਬੰਦਾ ਕੁਛ ਜ਼ਿਆਦਾ ਮੈਚ ਖੇਡਦਾ ਵਾ, ਉਹ ਤੁਹਾਨੂੰ ਪਤਾ ਬਾਹਰ ਦੇ ਜਿਹੜੇ ਆ ਕੋਈ ਵੀ ਆ ਪ੍ਰਮੋਟਰ ਲਾ ਲਓ ਪ੍ਰਧਾਨ ਲਾ ਲਓ ਉਹ ਬੰਦੇ ਵਹਿੰਦੇ ਨੇ, ਅਤੇ ਇਸ ਕਰਕੇ ਉਹਨਾਂ ਨੂੰ ਸਪੋਂਸਰ ਆਏ ਨੇ, ਸਾਨੂੰ ਕੋਈ ਨਹੀਂ ਅੱਲਾ ਖੈਰ ਕੇ ਮਿਹਨਤ ਕਰਨ ਦਾ ਜੀ, ਸਤਾ ਸਾਡਾ ਆਉਂਦਾ ਮਿਹਨਤ ਕਰੋ ਪੁੱਤਰ, ਕੋਈ ਨਹੀਂ ਅੱਲਾ ਪਾ ਕਰਮ ਕਰੇਗਾ, ਅਤੇ ਮਿਹਨਤ ਕਰਨ ਦਾ ਇਨਸ਼ਾਅੱਲਾ ਨੈਕਸਟ ਅੱਲਾ ਖੈਰ ਕਰੇਗਾ ਜੀ ਇਨਸ਼ਾਅੱਲਾ। ਨਹੀਂ ਤਾਂ ਕਿਆ ਤੁਸੀਂ ਸਮਝਦੇ ਹੋ ਕਿ ਅਗਰ ਤੁਸੀਂ ਉੱਥੇ ਜਾਂਦੇ ਤੁਸੀਂ ਅੱਛੀ ਪਰਫਾਰਮੈਂਸ ਦੇ ਸਕਦੇ ਜਿਸ ਤਰ੍ਹਾਂ ਦੀ, ਮਤਲਬ ਬਾਕੀ ਪਲੇਅਰ ਪਰਫਾਰਮੈਂਸ ਦੇ ਰਹੇ ਨੇ, ਤੁਸੀਂ ਐਜ਼ ਅ ਜਾਫੀ ਉਹਨਾਂ ਤੋਂ ਅੱਛੀ ਪਰਫਾਰਮੈਂਸ ਦੇ ਸਕਦੇ ਸੀਗੇ? ਆਪਾਂ ਕਿ ਤੁਹਾਨੂੰ ਪਤਾ ਮੈਟ 'ਤੇ ਤੁਸੀਂ ਲੀਗ ਦੇਖੀ ਹੈ ਮਾਸ਼ਾਅੱਲਾ, ਅਤੇ ਹੋ ਸਕਦਾ ਸੀ ਅਸੀਂ ਇਸ ਤੋਂ ਵੀ ਬੈ ਜਾਣ ਕੇ ਬੈਟਰ ਦੇ ਸਕਦੇ, ਬਾਕੀ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਹੋਰ ਮਜ਼ੀਦ ਤਿਆਰੀ ਕਰਨ ਦਾ, ਇਨਸ਼ਾਅੱਲਾ ਅੱਲਾ ਪਾਕ ਕਰਮ ਕਰੇਗਾ, ਨੈਕਸਟ ਜਿਹੜਾ ਸੀਜ਼ਨ ਹੋਏਗਾ ਅੱਲਾ ਦੇ ਕਾਰਜ ਉਮੀਦ ਹੈ ਕਿ ਇਨਸ਼ਾਅੱਲਾ ਹੀ ਜਾਵਾਂਗੇ ਇਨਸ਼ਾਅੱਲਾ। ਅੱਛਾ ਨਹੀਂ ਬਾਈ ਇਹ ਦੱਸੋ ਕਿ ਅਬਾਸ ਭੱਟ ਸਾਹਿਬ ਤੋਂ ਇਲਾਵਾ ਤੁਸੀਂ ਪਾਕਿਸਤਾਨ ਦੇ ਵਿੱਚ ਕਿਹਨੂੰ ਸਮਝਦੇ ਹੋ ਕਿ ਅੱਛਾ ਕੋਚ ਆ, ਅਗਰ ਅਬਾਸ ਭੱਟ ਸਾਹਿਬ ਮੇਰੇ ਕੋਚ ਨਾ ਹੁੰਦੇ ਤਾਂ ਉਹ ਮੇਰਾ ਕੋਚ ਹੁੰਦਾ? ਬਾਕੀ ਸਾਰੇ ਕੋਚ ਅੱਛੇ ਆ ਜੀ। ਨਹੀਂ ਨਹੀਂ ਅਸੀਂ ਤਾਂ ਅਬਾਸ ਭੱਟ ਸਾਹਿਬ ਨਹੀਂ ਐਸੇ ਮਤਲਬ ਅੱਛੇ ਕੋਚ ਨੇ, ਲੇਕਿਨ ਤੁਸੀਂ ਸਮਝਦੇ ਕਿ ਉਹਨਾਂ ਤੋਂ ਬਾਅਦ ਕਿਹੜਾ ਅੱਛਾ ਕੋਚ ਹੈ ਪਾਕਿਸਤਾਨ ਦੇ ਵਿੱਚ, ਕਿਹਨੂੰ ਰੈਂਕਿੰਗ ਦੂਸਰਾ ਨੰਬਰ ਦਿੰਦੇ ਹੋ ਤੁਸੀਂ ਆਪਣੇ ਹਿਸਾਬ ਨਾਲ? ਉਸ ਬਾਅਦ ਸ਼ਿਵਾਜ ਮਦੇਸ਼ਾ ਸਾਹਿਬ ਜਿਹੜੇ ਆ ਬਹੁਤ ਅੱਛੇ ਕੋਚ ਹੈ ਜੀ। ਅੱਛਾ ਮੌਜੂਦਾ ਜਿਹੜੇ ਯੰਗ ਕਬੱਡੀ ਸਟੋਪਰ ਨੇ ਜਿਸ ਤਰ੍ਹਾਂ ਕਿ ਰਾਜਪੂਤ ਜੇ, ਸੱਪਾਲ ਅਜੇ, ਠੀਕ ਹੈ, ਇਸ ਤਰ੍ਹਾਂ ਹੋਰ ਵੀ ਜਿਹੜੇ ਲੜਕੇ ਨਵੇਂ ਰਾਈਜ਼ਿੰਗ ਸਟਾਰ ਉੱਪਰ ਆਏ ਨੇ,
ਇਹਨਾਂ ਵਿੱਚੋਂ ਤੁਸੀਂ ਕਿਹਨੂੰ ਤੁਸੀਂ ਅੱਗੇ ਅੱਗੇ ਫਿਊਚਰ ਦਾ ਲੈਜੈਂਡ ਜਾਪੀ ਦੇਖਦੇ ਹੋ ਕਿ ਇਸ ਤੋਂ ਇਲਾਵਾ ਵੀ ਜਿਹੜੇ ਨਵੇਂ ਜਾਪੀ ਆਏ ਨੇ ਕਿਹਨੂੰ ਦੇਖਦੇ ਹੋ ਕਿ ਉਹਦੇ ਵਿੱਚ ਕੋਈ ਸਜਾਦ ਵੀ ਨਿਕਲ ਸਕਦਾ, ਮਿਸ਼ਰਫ ਨਿਕਲ ਸਕਦਾ, ਉਹਨਾਂ ਵਿੱਚੋਂ ਨਈਮ ਸੰਧੂ ਵੀ ਨਿਕਲ ਸਕਦਾ? ਬਾਕੀ ਛੋਟੇ ਜਿਹੜੇ ਲੜਕੇ ਆ ਨਾ ਜਿਹੜੇ ਅੱਜ ਕੱਲ੍ਹ, ਜਿਹੜੇ ਦੋ ਮੁੰਡੇ ਅੱਛੇ ਨੇ, ਕਿਹੜੇ ਕਿਹੜੇ? ਇੱਕ ਮੱਖਣ ਹੈ ਮੁੰਡਾ, ਅੱਛਾ ਜੀ, ਹਾਂ ਮੈਂ ਦੇਖਿਆ ਫੈਸਲਾਬਾਦ ਦਾ ਇੱਕ ਮੁੰਡਾ ਕੰਮ ਹੀ ਆ, ਉਹ ਵੀ ਅੱਛਾ ਹੈ। ਬਾਕੀ ਅਲੀ ਜ਼ਫਰ ਕੰਬੋ ਮਾਸ਼ਾਅੱਲਾ ਤੁਸੀਂ ਦੇਖਿਆ ਹੀ ਆ, ਇਸੇ ਤਰ੍ਹਾਂ ਹਾਂ ਜੀ, ਉਹ ਬਹੁਤ ਅੱਛਾ ਖੇਡ ਬੈਨੀਫਿਟ ਹੋਏਗਾ। ਕੋਈ ਵੀ ਤੁਹਾਨੂੰ ਪਤਾ ਮਿਹਨਤ ਨਾ, ਅਮੀਨ ਜੱਟ ਸਾਹਿਬ ਵੇਖ ਲਓ ਤੁਸੀਂ, ਬਹੁਤ ਕੱਦ ਕੋਈ ਇੰਨੇ ਵੱਡੇ ਨਹੀਂ ਸੀ ਹੈਗੇ, ਸਿਰਫ ਉਹਨਾਂ ਦੀ ਲੋਕਾਂ ਨਾਲ ਮਿਹਨਤ ਜ਼ਿਆਦਾ ਸੀ। ਇਸੇ ਤਰ੍ਹਾਂ ਹੀ ਇਸ ਤਰ੍ਹਾਂ ਵੀ ਮਿਹਨਤ ਕਰਨਗੇ ਮੱਛੋ ਮੁੰਡਾ, ਦੇਖੋ ਤੁਹਾਨੂੰ ਪਤਾ ਹੀ ਹੈ ਜੀ ਕੀ ਆ ਉਹ, ਇੰਨਾ ਕੁ ਬਿਲਕੁਲ, ਲੇਕਿਨ ਅੱਲਾ ਪਾਕ ਇਹਨਾਂ ਨੂੰ ਕਿੰਨੀ ਇੱਜ਼ਤ ਨਵਾਜ਼ੀ ਆ, ਨਫੀਸ ਅੱਛੇ ਸਾਰੇ, ਯਾਨੀ ਕਿ ਲੜਕੇ ਤਾਂ ਸਾਰੇ ਅੱਛੇ ਨੇ, ਲੇਕਿਨ ਇਹ ਕਿ ਮਿਹਨਤ ਨਹੀਂ ਹੈ ਨਾ, ਜਿੰਨੇ ਜ਼ਿਆਦਾ ਮਿਹਨਤ ਕਰਨੀ ਉਹਨੇ ਅੱਲਾ ਪਾਕ ਨੇ ਇੱਜ਼ਤ ਦੇਣੀ। ਅੱਛਾ ਨਹੀਂ ਬਾਈ, ਇਹ ਦੱਸੋ ਕਿ ਸ਼ੁਰੂ 'ਚ ਗੱਲ ਇਹ ਕੀਤੀ ਹੈ ਕਿ ਪਾਕਿਸਤਾਨ ਦੇ ਰਿਕਾਰਡ ਵਰਲਡ ਟੂਰ ਕਰਨ ਵਾਲੇ ਪਲੇਅਰ ਹੋ ਤੁਸੀਂ, ਕਿਆ ਮੇਰੀ ਗੱਲ ਠੀਕ ਆ ਕਿ ਤੁਹਾਡੇ ਤੋਂ ਵੀ ਜ਼ਿਆਦਾ ਕਿਸੇ ਨੇ ਵਰਲਡ ਟੂਰ ਕੀਤੇ ਨੇ ਪਾਕਿਸਤਾਨ ਕਬੱਡੀ ਜਾਂ ਰਗਬੀ ਦੇ ਹਵਾਲੇ ਨੂੰ? ਅਲਹਮਦੁਲਿਲਾ ਜੀ, ਮੈਂ ਤੁਹਾਨੂੰ ਪਤਾ ਯੂਰਪ ਦੇ ਤਕਰੀਬਨ 18 ਵੀਹ ਮੁਲਕ ਹੈ ਵਰਲਡ ਟੂਰ ਕੀਤਾ 2012 ਦੇ ਵਿੱਚ, ਉਸ ਤੋਂ ਪਹਿਲਾਂ ਜਿਹੜੇ ਮੈਂ ਕਿ ਛੱਡ ਕੇ। ਅੱਛਾ ਨਹੀਂ ਬਾਈ, ਇਹ ਦੱਸੋ ਕਿ ਤੁਸੀਂ ਇੰਨੇ ਯੂਰਪੀ ਟੂਰ ਕੀਤੇ, ਮਤਲਬ ਕੈਨੇਡਾ ਵੀ ਗਏ? ਜ਼ਿੰਦਗੀ ਬੜੀ ਸੋਹਣੀ ਹੈ, ਮੈਂ ਕੈਨੇਡਾ ਇੰਗਲੈਂਡ ਦੇ ਵਿੱਚ, ਮਤਲਬ ਯੂਰਪ ਵਾਲੀ ਸਾਈਡ ਦੇ ਨਾਰੇ ਵੀ ਗਏ? ਤਾਲੀਮ ਯਾਫਤਾ ਹੁੰਦੇ ਨੇ ਲੇਕਿਨ ਇਸ ਲੈਵਲ ਦੇ ਨੀ ਹੁੰਦੇ, ਇਹਦਾ ਕ੍ਰੈਡਿਟ ਕਿਹਨੂੰ ਦੋ ਕਿਉਂਕਿ ਤੁਸੀਂ ਆਪਣੇ ਬੱਚੇ ਪੜ੍ਹਾ ਰਹੇ ਹੋ ਖੁਦ ਵੀ? ਤੁਸੀਂ ਅਲਹਮਦੁਲਿਲਾ ਜੀ, ਮੇਰੇ ਵਾਲਦ ਸਾਹਿਬ ਟੀਚਰ ਸਨ, ਉਹਨਾਂ ਤੋਂ ਮੁਤਾਸਰ ਹੋ ਕੇ, ਯਾਨੀ ਸਾਡੀ ਬੜੀ ਅੱਛੀ ਤਾਲੀਮ ਉਹਨਾਂ ਨੇ ਸਾਨੂੰ ਦਿੱਤੀ ਆ, ਅੱਛਾ ਇੱਕ ਇਨਸਾਨ ਸਾਨੂੰ ਬਣਾਇਆ ਜੀ ਅਲਹਮਦੁਲਿਲਾ, ਕਿਉਂਕਿ ਜਿਹੜਾ ਇੱਕ ਅੱਛਾ ਇਨਸਾਨ ਹੋਵੇ ਤੁਹਾਨੂੰ ਪਤਾ ਹੀ ਆ ਜੀ, ਉਹ ਔਲਾਦ ਹੀ ਉਹਦੀ ਅੱਛੀ ਬਣਦੀ ਆ, ਅਤੇ ਸਾਡੇ ਸਾਰਾ ਕ੍ਰੈਡਿਟ ਮੈਂ ਆਪਣੇ ਵਾਲਦ ਦਿੱਤਾ ਜੀ। ਦੱਸੋ ਨਹੀਂ ਬਾਈ, ਇੱਥੇ ਲਾਹੌਰ 'ਚ ਆਪਣੀ ਕਿਹੜੀ ਜਗ੍ਹਾ ਰਹਾਏ ਸੀ? ਲਾਹੌਰ ਮਨਾਲਾ ਪਿੰਡ ਸਾਡਾ ਜੀ, ਅੱਛਾ ਵਾਹਗਾ ਬਾਰਡਰ ਦੇ ਲਾਗੇ, ਉੱਥੇ ਮੇਰੀ ਰਹਿਸ਼ ਹੈ। ਅਤੇ ਅੱਛਾ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਨਾ ਵੈਸੇ ਇੱਕ ਰਿਵਾਜ਼ ਹੈ ਕਬੱਡੀ ਦੇ ਵਿੱਚ ਸਾਡੇ 'ਚ, ਇੰਡੀਆ ਦਾ ਤਾਂ ਪਤਾ ਕੋਈ ਨਹੀਂ, ਇੱਥੇ ਹਰ ਲੈਜੈਂਡ ਪਲੇਅਰ ਦੀ ਕਿਸੇ ਨਾ ਕਿਸੇ ਆਪਸ ਦੇ ਵਿੱਚ ਪਲੇਅਰਾਂ ਨਾਲ ਬਹੁਤ ਟਸਰ ਚੱਲਦੀ ਹੁੰਦੀ ਆ, ਉਹ ਨਹੀਂ ਚਾਹੁੰਦਾ ਕਿ ਉਹ ਕਿਸੇ ਤਰ੍ਹਾਂ ਮਤਲਬ ਮੈਂ ਅੱਗੇ ਮਜ਼ੀਦ ਅਲਫਾਜ਼ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਇਹ ਮਾਮੂਲ ਦੀ ਗੱਲ ਬਣ ਗਈ ਆ, ਜਿਹਨੂੰ ਇੰਗਲਿਸ਼ 'ਚ ਹਿਪੋਕ੍ਰੇਸੀ ਕਹਿੰਦੇ ਅਤੇ ਅਸੀਂ ਪੰਜਾਬੀ 'ਚ ਉਰਦੂ 'ਚ ਉਹਨੂੰ ਮੁਨਾਫਕਤ ਕਹਿੰਦੇ ਹਾਂ, ਕਿ ਮੁਨਾਫਕਤ ਜਾਂ ਟਸਰਬਾਜ਼ੀ ਬਹੁਤ ਜ਼ਿਆਦਾ ਚੱਲਦੀ, ਕੁਛ ਖੁੱਲ੍ਹ ਕੇ ਚੱਲਦੀ ਹੈ ਅਤੇ ਕੁਛ ਅੰਦਰ ਖਾਤੇ ਜ਼ਾਹਰ ਨਹੀਂ ਆਉਣ ਦਿੰਦੇ, ਆਪਣਾ ਵੀ ਕਿਸੇ ਨਾ ਕੋਈ ਰੋਲਾ ਰੱਪਾ ਹੈਗਾ ਇਸ ਤਰ੍ਹਾਂ ਦਾ, ਲਾਕ ਡਾਟ ਹੈਗੀ ਕੋਈ? ਨਹੀਂ ਜੀ, ਗਰਾਊਂਡ 'ਚ ਕੁਦਰਤੀ ਹੋ ਜੇ ਵਰਨਾ ਕਦੀ ਅੱਜ ਤੱਕ ਅੱਲਾ ਦਾ ਸ਼ੁਕਰ ਹੈ ਦਿਲੋਂ ਕਿਸੇ ਨੇ ਕੀਤੀ। ਅੱਛਾ ਜੀ, ਅੱਜ ਤੱਕ ਨਹੀਂ, ਅੱਲਾ ਦਾ ਸ਼ੁਕਰ ਹੈ ਯਾਰ। ਕਿਸੇ ਪਲੇਅਰ ਦਾ ਆਪਣੇ ਨਾਲ ਗੱਲਾਂ ਕੋਈ ਨਹੀਂ? ਨਹੀਂ ਨਹੀਂ ਕੋਈ ਨਹੀਂ, ਸਾਰੇ ਸਾਡੇ ਭਾਈ ਨੇ, ਅੱਲਾ ਪਾਕ ਸਾਰਿਆਂ ਨੂੰ ਇੱਜ਼ਤ ਦੇਵੇ, ਜਿਹੜੇ ਸਾਡੇ ਭਾਈ ਬਾਹਰ ਖੇਡਦੇ ਆ ਉਹਨਾਂ ਵਾਸਤੇ ਦੁਆ ਕਰਦੇ ਆ ਜੀ, ਅੱਛਾ ਅੱਛਾ ਖੇਡਣਗੇ, ਵੇਖੋ ਜੀ ਪਾਕਿਸਤਾਨ ਦਾ ਨਾਂ। ਅਤੇ ਬਾਕੀ ਇਹ ਜੀ, ਜਿਹੜੇ ਸਾਡੇ ਇੱਥੇ ਭਾਈ ਨੇ, ਜਿਹੜੇ ਯੰਗ ਜਿਹੜੇ ਜਨਰੇਸ਼ਨ ਹੈ, ਉਹਨਾਂ ਨੂੰ ਮੇਰਾ ਇਹੋ ਪੈਗਾਮ ਹੈ ਜੀ, ਸਾਰਿਆਂ ਨਾਲ ਪਿਆਰ, ਮਿਹਨਤ ਕਰੋ, ਮਿਹਨਤ ਜਦੋਂ ਹੋਏਗੀ ਬੰਦੇ ਦੀ ਹਰ ਸ਼ਾਇਦ, ਤੁਹਾਨੂੰ ਪਤਾ ਜੀ ਇੱਜ਼ਤ ਰੱਬ ਦਿੰਦਾ ਵਾ, ਇਸੇ ਤਰ੍ਹਾਂ ਹੀ ਤੋ ਜਿੰਨਾ ਕੋਈ ਮਿਹਨਤ ਕਰੇਗਾ, ਜਿੰਨਾ ਕੋਈ ਅੱਛਾ ਅਖਲਾਕ ਦਾ ਹੋਏਗਾ, ਉਹਨੂੰ ਅੱਛੇ ਲਫ਼ਜ਼ਾਂ ਯਾਦ ਕਰਨ। ਇਸੇ ਤਰ੍ਹਾਂ। ਅੱਛਾ ਨਹੀਂ ਬਾਈ, ਇਹ ਦੱਸੋ ਕਿ ਇਹ ਤਾਂ ਪਾਕਿਸਤਾਨ ਦੇ ਹੋ ਗਏ, ਇਹ ਦੱਸੋ ਕਿ ਜਿਹੜੇ ਮਤਲਬ ਚੜ੍ਹਦੇ ਪੰਜਾਬ ਦੇ ਪਲੇਅਰ ਨੇ, ਉਹਨਾਂ 'ਚੋਂ ਤੁਹਾਡਾ ਮਤਲਬ ਹਰ ਬੰਦੇ ਦਾ ਫੇਵਰਟ ਹੁੰਦਾ ਨਾ, ਆਪਣਾ ਕਿਹੜਾ ਪਲੇਅਰ ਫੇਵਰਟ ਜਿਹਾ ਚੜ੍ਹਦੇ ਪੰਜਾਬ 'ਚੋਂ ਇੰਡੀਆ ਕਬੱਡੀ ਦੇ ਵਿੱਚੋਂ?
ਇੰਡੀਆ ਤੁਹਾਨੂੰ ਪਤਾ ਖੁਸ਼ੀ ਜਿਹੜਾ ਇੱਕ ਅੱਛਾ ਇਨਸਾਨ ਹੈ। ਅੱਛਾ ਐਜ਼ ਅ ਗੇਮ ਪਲੇਅਰ ਦੇ ਹਿਸਾਬ ਨਾਲ ਮਤਲਬ ਅੱਛਾ ਇਨਸਾਨ ਤੁਹਾਡਾ ਨਾ ਨੇਚਰ ਵਾਈਜ਼ ਕਹਿੰਦੇ ਗੇਮ ਹੀ ਅੱਛਾ ਗੇਮ ਦੇ ਲਿਹਾਜ਼ ਨਾਲ ਵੀ ਠੀਕ। ਉਸ ਤੋਂ ਬਾਅਦ ਪਾਲਾ ਅਤੇ ਯਾਦਾ ਇਹ ਮੇਰੇ ਯਾਨੀ ਕਿ ਫੇਵਰੇਟ ਫੇਵਰੇਟ ਨੇ। ਅਤੇ ਉਹਨਾਂ ਦੇ ਵਿੱਚ ਜਿਹੜੇ ਸਾਈ ਨੇ ਉਹਨਾਂ 'ਚ ਕਿਹੜਾ ਆਪਣਾ ਫੇਵਰੇਟ ਸੀ? ਸਾਈਆਂ ਜੋ ਅੰਬਾ ਜਿਹਨਾਂ ਨੂੰ ਫੀਸ ਨੇ ਜਫਾ ਕੀਤਾ। ਹਾਂਜੀ ਹਾਂਜੀ ਸਹੀ ਸਹੀ। ਦੁੱਲਾ ਅਤੇ ਆਪਣਾ ਕੀ ਨਾਂ ਦੂਸਰਾ ਜਿਹੜਾ ਹੈ ਬਾਗੀ। ਅੱਛਾ ਅੱਛਾ ਇਹ ਦੱਸੋ ਕਿ ਮਤਲਬ ਜਦੋਂ ਜਿੰਨੀ ਦੇਰ ਤੁਸੀਂ ਵਰਲਡ ਕੱਪ ਦੇ ਟੂਰ 'ਤੇ ਜਾਂਦੇ ਰਹੇ ਹੋ ਇੰਡੀਆ ਦੇ ਵਿੱਚ, ਅਤੇ ਤੁਹਾਨੂੰ ਕਿਹੜਾ ਐਸਾ ਪਲੇਅਰ ਆ ਜਿਹਨੂੰ ਫੜਨ 'ਚ ਬਹੁਤ ਦਿੱਕਤ ਆਉਂਦੀ ਰਹੀ ਔਰ ਤੁਸੀਂ ਸਮਝਦੇ ਯਾਰ ਇਹ ਬੰਦਾ ਨਾ ਮਤਲਬ ਬਹੁਤ ਟਫ ਆ ਜਿਹਨੂੰ ਜਫਾ ਕਰਨਾ, ਉਸ ਵਕਤ ਤੁਸੀਂ ਫੀਲ ਕਰਦੇ ਸੀ? ਟਫ ਤਾਂ ਕੋਈ ਵੀ ਨਹੀਂ ਹੁੰਦਾ ਭਾਈ, ਗੱਲ ਦੱਸਾਂ ਕੀ ਆ ਮੇਨ ਜਿਹੜੀ ਗੱਲ ਹੈ, ਜਿਹੜਾ ਕਮਲ ਨਵੇਂ ਪਿੰਡ ਜਦੋਂ ਐਨ 'ਤੇ ਉਹਨੇ 5-7 ਕੌਡੀਆਂ ਪਾਈਆਂ ਨਾ, ਕਿਉਂਕਿ ਸਾਡੀ ਕੰਡੀਸ਼ਨ ਹੀ ਐਸੀ ਬਣੀ ਸੀ, ਉਹ ਮਿੰਟ ਬਾਅਦ ਕੋਈ ਯਾਨੀ ਕਿ ਕਾਫੀ ਰੌਲੇ ਪਏ ਤੁਹਾਨੂੰ ਪਤਾ ਜੋ ਬਾਕੀ ਬਿਹਤਰ ਤੁਸੀਂ ਸਮਝਦੇ ਜੇ, ਉਹ ਉਸ ਦੌਰਾਨ ਕਾਸ਼ ਮੈਨੂੰ ਮੌਕਾ ਮਿਲਦਾ ਤੇ ਇਨਸ਼ਾਅੱਲਾ ਅਸੀਂ ਵਰਲਡ ਕੱਪ ਜਿੱਤੇ ਸਰ, ਕਮਲ ਨੂੰ ਫੜਦਾ ਸਰ। ਅੱਛਾ ਜੀ। ਹਾਂਜੀ ਤਿਆਰੀ ਉਸ ਹਿਸਾਬ ਨਾਲ ਕੀਤੀ ਸੀ, ਸਪੀਡਰ ਸੀ ਤੁਹਾਨੂੰ ਪਤਾ ਸਹਿਤ। ਜਿਹੜਾ ਪਾਕਿਸਤਾਨ ਨੇ ਵਰਲਡ ਕੱਪ ਜਿੱਤਿਆ ਵਾ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਕਿ ਇਹਦਾ ਤੁਸੀਂ ਕ੍ਰੈਡਿਟ ਕਿਹਨੂੰ ਦਿੰਦੇ ਹੋ ਕਿ ਕਾਮਯਾਬੀ ਦੇ ਪਿੱਛੇ ਪਾਕਿਸਤਾਨ ਕਬੱਡੀ ਐਸੋਸੀਏਸ਼ਨ ਜੇ ਜਾਂ ਇਹਦੇ ਵਿੱਚ? ਦੇਖੋ ਜੀ ਉਹਦੇ ਤੁਹਾਨੂੰ ਵੀ ਪਤਾ ਵਾ ਤਾਰਭਾਈ ਸਾਹਿਬ ਨੇ ਜਿਹੜੇ ਸਾਡੇ ਪੁਲਿਸ ਦੇ ਕੋਚ ਨੇ ਉਹਨਾਂ ਅੱਛੀ ਮਿਹਨਤ ਕਰਾਈ ਆ, ਅੱਛੀ ਡਾਇਟ ਦਿੱਤੀ ਆ, ਜਿਹੜਾ ਹੱਕ ਆ ਜੀ ਉਹਨਾਂ ਅਦਾ ਕੀਤਾ ਵਾ ਕਿ ਪਲੇਅਰ ਵਿੱਚ ਉਹਨਾਂ ਮਿਹਨਤ ਕੀਤੀ ਸੀ ਲਾਭ ਆਇਆ ਉਸ ਚੀਜ਼ ਸਿਰ। ਅੱਛਾ ਇਹ ਦੱਸੋ ਕਿ ਮਜ਼ੀਦ ਮੈਂ ਗੱਲ ਕਰਨਾ ਚਾਹਾਂਗਾ ਕਿ ਅਗਰ ਦੁਬਾਰਾ ਪਾਕਿਸਤਾਨ 'ਚ ਕੱਪ ਹੋਵੇ ਔਰ ਸਾਰੇ ਇੰਡੀਆ ਦੇ ਪਲੇਅਰ ਜਿਹੜੇ ਸਟਾਰ ਨੇ, ਕਿਉਂਕਿ ਉਸ ਵਕਤ ਇਹ ਬਹੁਤ ਸਾਰੇ ਜੈਨੂਇਨ ਉਹਨਾਂ ਦੇ ਗਿਲੇ ਨੇ ਕਿ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਟਾਰ ਪਲੇਅਰ ਸੀ ਉਹ ਪਾਕਿਸਤਾਨ ਨਹੀਂ ਆਏ, ਵੀਜ਼ੇ ਨਹੀਂ ਲੱਗੇ ਜਾਂ ਉਹ ਨਹੀਂ ਆ ਸਕੇ, ਅਗਰ ਇਸ ਟਾਈਮ ਜਿਹੜੇ ਉਹਨਾਂ ਦੇ ਸਟਾਰ ਕਰੀਮ ਜੇ ਉਹ ਪਾਕਿਸਤਾਨ ਦੀ ਕਰੀਮ ਨਾਲ ਵਰਲਡ ਕੱਪ ਫਾਈਨਲ ਪਾਕਿਸਤਾਨ 'ਚ ਖੇਡੇ ਅਤੇ ਕਿਆ ਤਾਂ ਨਜ਼ਰ ਆਉਂਦਾ ਕਿ ਪਾਕਿਸਤਾਨ ਕੰਪੀਟ ਕਰ ਸਕੇਗਾ ਜਿੱਤ ਸਕੇਗਾ? ਅਲਹਮਦੁਲਿਲਾ ਵੇਖੋ ਜੀ ਸਾਡੇ ਕੋਲ ਇਸ ਵਕਤ ਮਾਸ਼ਾਅੱਲਾ ਤੁਹਾਨੂੰ ਪਤਾ ਥੋੜ੍ਹੀ ਬਹੁਤ ਇੰਜਰੀ ਉਹ ਵੀ ਠੀਕ ਹੋਈ ਨਹੀਂ, ਹੀਰਾ ਵੀ ਮਾਸ਼ਾਅੱਲਾ ਫਿੱਟ ਆ, ਮੁੰਡਾ ਬਲਾਲ ਮੋਹਸਨ ਤੁਹਾਡੇ ਸਾਹਮਣੇ ਆ, ਸਲਾਨ ਮੱਟੂ ਆ, ਯਾਨੀ ਸਾਰੇ ਸ਼ਵੀਰ ਚਿਸ਼ਤੀ ਆ, ਸਾਰੇ ਮੁੰਡੇ ਮਾਸ਼ਾਅੱਲਾ ਸਾਡੇ ਪੀਕ 'ਤੇ ਸਾਡੇ ਵਿੱਚ ਹੈ ਜੀ, ਸਾਈ ਵੀ ਸਾਡੇ ਅੱਛੇ ਨੇ ਸਾਡੇ ਮਾਸ਼ਾਅੱਲਾ, ਜਾਫੀ ਤੁਹਾਨੂੰ ਪਤਾ ਇਸ ਵਕਤ ਸਾਰੇ ਚੰਗਾ ਖੇਡਦੇ ਬਾਹਰ, ਅਤੇ ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਸਾਡੀ ਟੀਮ ਵੀ ਮਾਸ਼ਾਅੱਲਾ ਬੈਲੈਂਸ ਹੈ, ਬਾਕੀ ਅੱਲਾ ਪਾਕ ਜਿਹਨੂੰ ਦਵੇ, ਬਾਕੀ ਮੈਂ ਤਕਰੀਬਨ ਪਲੇਅਰ 'ਤੇ ਕੰਮ ਨੇ ਮੇਰੇ ਕੋਲ। ਫੈਮਲੀ ਵਿੱਚ ਕਿਸ ਤਰ੍ਹਾਂ ਦੇ ਹੋ, ਤਬੀਅਤ ਦੇ ਹੋ, ਜੋਲੀ ਹੋ, ਰੋਮਾਂਟਿਕ ਹੋ ਜਾਂ ਗੁੱਸੇ ਵਾਲੇ ਹੋ ਆਪਣੇ ਘਰ ਦੇ ਵਿੱਚ? ਨਾਰਮਲ, ਬਿਲਕੁਲ ਨਾਰਮਲ ਜੀ। ਨਹੀਂ ਨਹੀਂ ਬੰਦਾ ਹੁੰਦਾ ਨਾ ਕਿ ਥੋੜ੍ਹਾ ਜਿਹਾ ਰੋਮਾਂਟਿਕ? ਨਹੀਂ ਨਹੀਂ ਬਸ ਰੋਮਾਂਟਿਕ ਨਹੀਂ, ਮੈਂ ਸ਼ੁਗਲੀ ਹੈ। ਅੱਛਾ ਸ਼ੁਗਲੀ, ਮਤਲਬ ਸ਼ਰਮਿੰਦ ਸ਼ਾਇਨਸ ਫੀਲ ਕਰ ਰਹੇ ਸੀ ਤੁਹਾਡੇ ਕਿ ਥੋੜ੍ਹਾ? ਹਾਂਜੀ ਚਲੋ ਅੱਲਾ ਖੈਰ ਕਰੇ। ਇਹ ਦੱਸੋ ਕਿ ਆਪਣਾ ਹੁਣ ਫਿਊਚਰ ਦਾ ਕੀ ਪਲਾਨ ਜੇ, ਕਿ ਮਤਲਬ ਸਾਰੀ ਗੱਲ ਹੈ ਇੱਕ ਵਕਤ ਆਉਣਾ ਤੁਸੀਂ ਕਬੱਡੀ ਨੂੰ ਖੈਰਬਾਦ ਕਹਿ ਦੇਣਾ ਜੇ, ਅਤੇ ਇਸ ਬਾਰੇ 'ਚ ਕੋਈ ਡਰੀਮ ਹੈਗਾ ਕਿ ਮੈਂ ਆਹ ਚਾਹੁੰਦਾ ਉਸ ਤੋਂ ਬਾਅਦ ਮੈਂ ਖੈਰਬਾਦ ਕਹਿ ਦੇਣਾ ਹੈਗਾ? ਮੇਰਾ ਇਹ ਖਾਬ ਹੈ ਜੀ, ਮੇਰਾ ਬੇਟਾ ਅਤੇ ਮੈਂ ਕੋਈ ਵੱਡਾ ਪਾਕਿਸਤਾਨ ਦਾ ਈਵਨ ਇਸ ਲੈਵਲ ਦਾ ਹੋਵੇ ਕਿ ਜਿਹੜਾ ਕੋਈ ਇੰਟਰਨੈਸ਼ਨਲ ਲੈਵਲ ਦਾ ਹੋਵੇ, ਤੋ ਮੈਂ ਤੇ ਮੇਰਾ ਬੇਟਾ ਇੱਕ ਕੰਨੀ ਤੇ ਹੋਵੇ ਦੇਖਦੇ ਮੈਂ ਹਾਂ, ਕਿਆ ਬਾਤ, ਉਹ ਮੇਰਾ ਆਖਰੀ ਮੈਚ ਹੋਵੇ ਬਸ। ਆਏ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ, ਅਸੀਂ ਚਾਹਾਂਗੇ ਕਿ ਤੁਸੀਂ ਉਹਨਾਂ ਨੇ ਇੱਕ ਨਹੀਂ ਕਈ ਮੈਚ ਖੇਡੋ ਔਰ ਦੁਨੀਆ ਦਾ ਇਹ ਵੀ ਇੱਕ ਰਿਕਾਰਡ ਹੋਵੇ। ਆਲਰੇਡੀ ਕਬੱਡੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਵਾਕਿਆ ਮੌਜੂਦ ਹੈਗਾ ਕਿ ਬਾਪ ਬੇਟਾ ਕਬੱਡੀ ਵਰਲਡ ਕੱਪ ਦੇ ਵਿੱਚ ਹੋਇਆ ਸੀ, ਇੰਗਲੈਂਡ ਦੇ ਮੇਰੇ ਖਿਆਲ ਨਾਲ ਸੀ, ਉਹ ਸ਼ਾਇਦ ਜਾਂ ਕੈਨੇਡਾ ਦੇ ਸੀ। ਹਾਂਜੀ ਹਾਂਜੀ, ਉਹ ਪਿਓ ਪੁੱਤਰ ਦੋਵੇਂ ਖੇਡੇ ਸੀ। ਹਾਂਜੀ, ਤੇ ਅਸੀਂ ਚਾਹੁੰਦੇ ਕਿ ਪਾਕਿਸਤਾਨ 'ਚ ਵੀ ਰਿਕਾਰਡ ਅਸੀਂ ਆਪਣੀ ਅੱਖਾਂ ਨਾਲ ਦੇਖੀਏ। ਇਨਸ਼ਾਅੱਲਾ ਜੀ, ਇਨਸ਼ਾਅੱਲਾ, ਮਿਹਨਤ ਕਰਨ ਦੇ ਵੇਖੋ ਜੀ, ਅੱਲਾ ਪਾਕ ਨੇ ਕਰਮ ਕਰਨਾ ਹੈ, ਜੋ ਵੀ ਅਸੀਂ ਜਿੰਨੇ ਜੋਗੇ ਮਿਹਨਤ ਕਰਨੇ ਆ, ਬਾਕੀ ਅੱਲਾ ਪਾਕ ਮਿੱਤਰ ਕਰੇ। ਅੱਛਾ ਇੱਕ ਹੋਰ, ਬਸ ਟਾਈਮ ਤੁਹਾਡਾ ਬਹੁਤ ਜ਼ਿਆਦਾ ਵੇਸਟ ਕੀਤਾ ਮੈਂ, ਨਾ ਨਾ। ਅੱਛਾ ਇਹਨਾਂ ਦਾ ਅਸੀਂ ਖਾਣਾ ਵੀ ਖਾਧਾ, ਬਹੁਤ ਬਹੁਤ ਸ਼ੁਕਰੀਆ ਇੱਥੇ ਲਾਓ। ਅੱਛਾ ਇਹ ਆਖਰੀ ਕੁਐਸਚਨ ਜੀ, ਕੁਐਸਚਨ ਜੀ ਕਿ ਜਿਹੜੇ ਬਾਹਰੋਂ ਫੋਰਨਰ ਮਤਲਬ ਜਿਹੜੇ ਸਾਡੇ ਪੰਜਾਬੀ ਭਰਾ ਜਿਸ ਤਰ੍ਹਾਂ ਲੱਕੀ ਕੁਰਾਲੀ ਜਾਂ ਦੂਸਰਾ ਅਬਾਸ ਭਾਈ ਦੇ ਕੋਲ ਜਿਹੜੇ ਆਉਂਦੇ ਨੇ, ਠੀਕ ਆ ਸੰਭੋਣੀ ਹੈ ਉਹ, ਅਤੇ
ਇਹਨਾਂ ਚਾਹੇ ਦੱਸੋ ਕਿ ਕਿਹੜੇ ਬੰਦੇ ਨੂੰ ਜ਼ਿਆਦਾ ਤੁਸੀਂ ਕ੍ਰੈਡਿਟ ਦਿਓਗੇ ਜਾਂ ਇਹਨਾਂ ਦਾ ਮਤਲਬ ਅਮਲ ਪਾਕਿਸਤਾਨ ਦੀ ਕਬੱਡੀ ਨੂੰ ਪ੍ਰਮੋਟ ਕਰਨ 'ਚ ਕਿੰਨਾ ਕੰਮ ਦਖਲ ਜੇ ਕਿ ਪਾਕਿਸਤਾਨ ਦੀ ਲਹਿੰਦੇ ਪੰਜਾਬ ਦੀ ਜਿਹੜੀ ਕਬੱਡੀ ਉਹਨੂੰ ਜ਼ਮੀਨ ਤੋਂ ਆਸਮਾਨ ਤੱਕ ਲਿਜਾਣ ਤੱਕ ਇਹਨਾਂ ਦਾ ਕੋਈ ਅਮਲ ਦਖਲ ਹੈਗਾ ਜਿਹੜੇ ਬਾਹਰੋਂ ਆਉਂਦੇ ਕੈਨੇਡਾ 'ਚ? ਨਹੀਂ, ਵੇਖੋ ਜੀ, ਜਿਹੜਾ ਕਬੱਡੀ ਨੂੰ ਜਿਹੜੀ ਗਰੋਹ ਮਿਲਿਆ ਨਾ, ਉਹ ਤੁਹਾਨੂੰ ਵੀ ਪਤਾ ਵੀ ਸੁਖਬੀਰ ਬਾਦਲ ਸਾਹਿਬ ਜਿਹੜੇ ਆ ਇੰਡੀਆ ਦੇ ਜਿਹੜੇ ਪ੍ਰਧਾਨ ਮੰਤਰੀ ਜਿਹੜੇ ਬਣੇ ਰਹੇ, ਜਿਹੜੇ ਸੀ ਐਮ, ਉਹਨਾਂ ਕਬੱਡੀ ਨੂੰ ਜ਼ਮੀਨ ਤੋਂ ਚੁੱਕ ਕੇ ਨਾ ਅਰਸ਼ 'ਤੇ ਲੈ ਗਏ ਨੇ। ਉਹਨਾਂ ਦਾ ਬੜਾ ਵੱਡਾ ਦਾਨ ਹੈ ਕਬੱਡੀ ਨੂੰ। ਉਸ ਤੋਂ ਬਾਅਦ ਜਿਹੜੇ ਆ ਆਪਣੇ ਭਾਈ ਮਿੱਠੂ ਜੱਟ ਸਾਹਿਬ ਜਿਹੜੇ ਆਪਣੇ, ਤੁਹਾਨੂੰ ਪਤਾ ਹੀ ਕੈਨੇਡਾ ਤੋਂ, ਉਹਨਾਂ ਦੀ ਬੜੀ ਵੱਡੀ ਕਬੱਡੀ ਨੂੰ ਦੇਣ ਆ। ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿੰਨੇ ਉਹ ਪ੍ਰਮੋਟ ਕਰਦੇ ਨੇ ਅਤੇ ਕਿੰਨੀ ਉਹ ਪ੍ਰਮੋਸ਼ਨ ਕਬੱਡੀ ਦੀ ਕਰ ਰਹੇ ਨੇ। ਅਤੇ ਅੱਛਾ, ਲੱਕੀ ਜੱਟ ਜਿਹੜੇ ਕੁਰਾਲੀ ਨੇ ਉਹਨਾਂ ਦੇ ਬਾਰੇ ਕੁਛ ਕਹਿਣਾ ਚਾਹੋਗੇ ਕਿ ਉਹ ਵੀ ਇਵੈਂਟ ਲੈ ਕੇ ਆਉਂਦੇ ਨੇ? ਅਤੇ ਹਾਂ ਜੀ, ਉਹ ਵੀ ਅੱਛਾ ਕਰਦੇ ਨੇ। ਕੋਈ ਕਬੱਡੀ ਦੀ ਪ੍ਰਮੋਸ਼ਨ ਕੋਈ ਕਰੇ ਕੋਈ ਵੀ। ਉਸ ਤੋਂ ਬਾਅਦ ਕੀਪਾ ਟਾਂਡਾ ਸਾਹਿਬ ਜਿਹੜੇ ਹੋਰ ਵੀ ਸਾਡੇ ਭਰਾ ਨੇ ਜਿਹੜੇ, ਯਾਨੀ ਕਿ ਇਸ ਤਰ੍ਹਾਂ ਦੇ ਇਵੈਂਟ ਹੋਣੇ ਚਾਹੀਦੇ ਨੇ ਪਾਕਿਸਤਾਨ ਕਬੱਡੀ ਨੂੰ ਪ੍ਰਮੋਸ਼ਨ ਮਿਲਦੀ, ਜਿਹਦੇ ਨਾਲ ਪ੍ਰਮੋਸ਼ਨ ਮਿਲਦੀ, ਬਿਲਕੁਲ ਕੋਈ ਨਵਾਂ ਟੈਲੈਂਟ ਵੀ ਨਿਕਲ ਕੇ ਬਾਹਰ ਆਉਂਦਾ। ਔਰ ਇਸ ਤੋਂ ਇਲਾਵਾ ਜੀ, ਤੁਹਾਡੇ ਸਾਹਮਣੇ ਜਿਹੜਾ ਭਾਈ ਬਾਸ ਹੋਣਾ, ਭਾਈ ਮਿੱਠੂ ਹੋਣਾ, ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਜਿਹੜਾ ਕੱਪ ਜਿਹੜਾ ਹੋਇਆ, ਤੁਹਾਨੂੰ ਪਤਾ ਹੀ ਆ ਉਹ ਕਿੰਨੇ ਲੜਕੇ ਜਿਹੜੇ ਅੱਛੇ ਖੇਲੇ ਨੇ ਤੁਹਾਡੇ ਸਾਹਮਣੇ ਬਾਹਰ ਜਾਂਦੇ ਨੇ ਸਾਰੇ। ਅੱਛਾ, ਜਿਹੜੇ ਆਪਣੇ ਭਰਾ ਵਿਛੜ ਗਏ ਨੇ, ਮਤਲਬ ਮੁਜ਼ੰਮਲ ਬੂਟਾ, ਸ਼ਕੀਲ ਜੱਟ, ਔਰ ਉਸ ਤੋਂ ਇਲਾਵਾ ਇੱਕ ਬਲੋਚ ਲੜਕਾ, ਔਰ ਬਹੁਤ ਸਾਰੇ ਲੜਕੇ ਜਿਹੜੇ ਯੰਗ ਬਿਲਕੁਲ ਕਬੱਡੀ ਦੇ ਸੁਪਰ ਸਟਾਰ ਮੈਗਾ ਸਟਾਰ ਬਣਦੇ ਕਰੀਬ ਸੀਗੇ, ਉਹ ਚਲੇ ਗਏ ਨੇ ਇਸ ਦੁਨੀਆ ਤੋਂ। ਅਤੇ ਉਹਨਾਂ 'ਚੋਂ ਕੋਈ ਯਾਦ ਆਉਂਦਾ ਜੇ ਕਿ ਯਾਰ ਬੜਾ ਮੈਂ ਮਿਸ ਕਰਦਾ ਉਹਨਾਂ ਨੂੰ? ਮੇਰੇ ਅਰਾਊਂਡ ਦੇ ਵੇਲੇ ਖੜੇ ਹੋ ਗਏ ਸਾਰੇ, ਤੁਸੀਂ ਨਾ ਹੀ ਲਿਆ ਜੀ, ਸਾਡੇ ਭਰਾ ਨੇ ਜੀ, ਸਾਡੀ ਸਮਝ ਲਓ ਕਿ ਫੈਮਿਲੀ ਸੀ। ਅਤੇ ਬਾਕੀ ਅੱਲਾ ਪਾਕ ਗਾਂ ਦਾ ਭਲਾ ਕਰਿਆ, ਹਰ ਕਿਸੇ ਨੇ ਚੱਲ ਜਾਣਾ, ਹਰ ਇਨਸਾਨ ਨੇ ਮਰ ਜਾਣਾ, ਲੇਕਿਨ ਉਹ ਅੱਛਾ ਇਨਸਾਨ ਸੀ, ਸ਼ਕੀਲ ਵੀ, ਮੁਜ਼ੰਮਲ ਵੀ, ਤਜੰਮਲ ਭਾਈ, ਸਾਰੇ ਯਾਰ ਚੰਗੇ ਸਨ। ਲਾਲਾ ਸਗੀਰ ਤੁਹਾਨੂੰ ਪਤਾ, ਉਹ ਵੀ ਸਾਡਾ ਬਹੁਤ ਮਲੰਗ ਜਿਹਨੂੰ ਆਉਂਦੇ ਕੌਡੀ ਦਾ, ਉਹ ਬੰਦਾ ਸੀ ਯਾਰ, ਮਰ ਜਾਣਾ, ਲੇਕਿਨ ਦੁਆ ਕਰਨੀ ਚਾਹੀਦੀ ਆ ਇਹੋ ਜਿਹੇ ਬੰਦਿਆਂ ਵਾਸਤੇ। ਅਤੇ ਅਸੀਂ 24 ਘੰਟੇ ਦੁਆ ਕਰਦੇ ਰਹੀਦਾ ਯਾਰ, ਜਦੋਂ ਯਾਦ ਆਉਣ, ਦਿਲੋਂ ਉਹਨਾਂ ਨਾਲ ਪਿਆਰ ਸੀ ਯਾਰ। ਕਿਆ ਬਾਤ! ਅੱਛਾ, ਇੱਕ ਆਖਰੀ ਕੁਐਸਚਨ ਇਹ ਪੁੱਛਾਂਗਾ ਕਿ ਮੁਹੰਮਦ ਖਾਨ, ਉਹਦਾ ਮਤਲਬ ਲੱਤ ਦਾ ਮਸਲਾ ਬਣ ਗਿਆ, ਅਤੇ ਉਹਦੇ ਬਾਰੇ 'ਚ ਕੋਈ ਚੰਦ ਅਲਫਾਜ਼ ਕਹਿਣਾ ਚਾਹੋਗੇ ਕਿ ਯਾਰ ਉਹ ਮਤਲਬ ਕਿਸ ਲੈਵਲ 'ਤੇ ਆ ਕੇ ਕਿ ਉਹ ਸਾਡੀ ਕਬੱਡੀ ਤੋਂ ਵਿਛੜ ਗਿਆ? ਤੈਨੂੰ ਪਤਾ ਹੀ ਇਸ ਵਕਤ ਜਿਹੜਾ ਮਹਿਕਮੇ ਜੋ ਸਾਹਿਬ ਸੀ ਉਹਨੂੰ ਮਾਸ਼ਾਅੱਲਾ ਲੈ ਕੇ ਵੀ ਆਏ ਆ, ਅਸੀਂ ਉਹਨੂੰ ਕਪਤਾਨ ਹੀ ਬਣਾਇਆ, ਅੱਲਾ ਪਾਕ ਨੇ ਦਿੱਤੀ। ਬਾਕੀ ਸੱਟ ਜਿਹੜੀ ਆ ਤੈਨੂੰ ਪਤਾ, ਜਿਹੜੇ ਜੋ ਮੁਕੱਦਰ ਚੋਂ ਇਨਸਾਨ ਨਾ ਹੋ, ਮੈਂ ਕਿਸੇ ਦੀ ਜ਼ਾਤੀਆ ਤੇ ਹਮਲਾ ਨਹੀਂ ਕਰਨਾ ਚਾਹੁੰਦਾ ਕਿ ਜਮਾਂ ਦਾ ਲਫ਼ਜ਼ ਇਸਤੇਮਾਲ ਇਸ ਕਰਕੇ ਕਰੀਦਾ, ਇਹਨੂੰ ਉਰਦੂ 'ਚ ਕਹਿੰਦੇ ਹੈਗੇ ਤਨਕੀਦ ਬਰਾ ਇਸਲਾਹ, ਕਿ ਮਤਲਬ ਯਾਰ ਇਹਦੇ ਵਿੱਚ ਤਨਕੀਦ ਕਰਨ ਦਾ ਮਕਸਦ ਇਹ ਹੁੰਦਾ ਕਿ ਆਇੰਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ, ਠੀਕ ਹੈ? ਅਤੇ ਉਹ ਇਹ ਜਿਹਾ ਕਿ ਫੋਰ ਐਗਜ਼ਾਮਪਲ ਆ ਕਿ ਮੁਹੰਮਦ ਬਾਈ ਦੇ ਸੱਟ ਲੱਗੀ ਮੁਹੰਮਦ ਖਾਨ ਦੇ, ਠੀਕ ਆ, ਔਰ ਉਹ ਡਾਕਟਰ ਦੇ ਖਿਲਾਫ਼ ਸਰਾਪਾ ਇਹਤਜਾਜ ਨੇ, ਠੀਕ ਆ, ਔਰ ਤਕਰੀਬਨ ਕਬੱਡੀ ਦੀ ਸਾਰੀ ਫੈਮਿਲੀ ਨੂੰ ਇਹ ਪਤਾ ਜੇ ਕਿ ਮੁਹੰਮਦ ਖਾਨ ਦੇ ਨਾਲ ਜ਼ਿਆਦੀ ਹੋਈ ਜੇ, ਠੀਕ ਆ, ਫਿਰ ਅਗਰ ਕੁਛ ਪਲੇਅਰ, ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਉਸ ਡਾਕਟਰ ਦੇ ਕੋਲ ਜਾ ਕੇ ਵੀਡੀਓ ਬਣਾਉਂਦੇ ਨੇ ਕਿ ਡਾਕਟਰ ਬਹੁਤ ਅੱਛਾ ਜੇ, ਮਤਲਬ ਇਨਡਾਇਰੈਕਟਲੀ ਜਾਂ ਦੂਸਰੇ ਰਸਤੇ ਥਾਣੀ ਅਗਰ ਉਹਨੂੰ ਕਹਿਣਾ ਚਾਹੋ ਤਾਂ ਉਹ ਕਹਿ ਰਹੇ ਨੇ ਕਿ ਮੁਹੰਮਦ ਖਾਨ ਮਤਲਬ ਝੂਠ ਬੋਲਦਾ ਜੇ ਜਾਂ ਗਲਤ ਕਹਿ ਰਿਹਾ ਜੇ। ਕਿਆ ਇਹ ਕਬੱਡੀ ਦੇ ਪਲੇਅਰਾਂ ਦੇ ਫੈਮਿਲੀ ਨੂੰ ਇਹ ਕਰਨਾ ਚਾਹੀਦਾ ਕਿ ਜਾ ਕੇ ਸਪੈਸ਼ਲ ਚੇਚਾ ਉਹਦੇ ਕੋਲ ਬਹਿ ਕੇ ਉਸ ਡਾਕਟਰ ਕੋਲ ਜਿਹਨੇ ਕਿ ਦੀਦਾ ਦਿਲੇ ਜਿਹਨੇ ਇਤਰਾਫ ਕੀਤਾ ਕਿ ਮੇਰੇ ਕੋਲੋਂ ਗਲਤੀ ਹੋਈ ਆ ਕਿ ਮੇਰੇ ਕੋਲ ਵੇਨ ਕੱਟੀ ਗਈ ਜ਼ਰਾ ਜਲਦੀ ਦੇ ਵਿੱਚ ਕਹਿ ਲਓ ਜਾਂ ਸਕਿਨ ਦੇ ਉੱਪਰ ਸੀ, ਠੀਕ ਹੈ,
ਤੇ ਇਸ ਦੇ ਬਾਵਜੂਦ ਉਹਦੇ ਕੋਲ ਜਾ ਕੇ ਵੀਡੀਓ ਬਣਾਉਂਦੇ ਨੇ ਕਿ ਜੀ ਸਾਡਾ ਇਲਾਜ ਕੀਤਾ ਇਹਨੇ ਬਹੁਤ ਅੱਛਾ, ਮਤਲਬ ਇਸ ਬਾਰੇ ਕੁਛ ਕਹਿਣਾ ਚਾਹੋਗੇ? ਦੇਖੋ ਦੌਰਾਨ ਭਾਈ ਗੱਲ ਸਾ ਕੀ ਹੈ, ਚਲੋ ਦਨਿਸ਼ਤਾ ਤੌਰ 'ਤੇ ਤਾਂ ਕੋਈ ਨਹੀਂ ਕਰਦਾ, ਤੁਹਾਨੂੰ ਵੀ ਪਤਾ, ਚਲੋ ਗਲਤੀ ਹੋ ਗਈ ਉਹਨੇ ਮੰਨ ਲਿਆ, ਇਤਰਾਫ਼ ਕਰ ਲਿਆ। ਲੇਕਿਨ ਜਿਹੜੇ ਸਾਡੇ ਜਿਹੜੇ ਭਰਾ ਕੋਈ ਵੀ ਆ, ਭਾਵੇਂ ਵੇਖੋ ਜੀ ਉਹ ਤੁਸੀਂ ਉਹ ਮੈਂ ਹਾਂ, ਲੇਕਿਨ ਜਿਹੜੀਆਂ ਵੀਡੀਓ ਜਿਹੜੀਆਂ ਮੁਨਾਸਬ ਜੀ ਮੇਰੇ ਖਿਆਲ ਨਾਲ ਨਹੀਂ ਮੁਨਾਸਬ, ਕਿਉਂਕਿ ਉਹ ਗਲਤੀ ਹੋਈ ਉਹਨੇ, ਉਹਨੂੰ ਚਾਹੀਦਾ ਸੀ ਜਦੋਂ ਕੋਈ ਕੰਮ ਹੋ ਗਿਆ ਸੀ ਸ਼ਾਇਦ ਲੱਤ ਵੱਜ ਜਾਂਦੀ ਉਸ ਟਾਈਮ, ਦੱਸਦਾ ਯਾਰ ਮੇਰੇ ਕੋਲ ਆਹ ਗਲਤੀ ਹੋ ਗਈ ਤੁਸੀਂ ਲਾਹੌਰ ਲੈ ਜਾਓ। ਉਹ 2-3 ਦਿਨ ਬਾਅਦ ਉਹਨੇ ਇਹ ਗੱਲ ਕੀਤੀ ਆ, ਇਹੋ ਪਹਿਲਾਂ ਕਹਿ ਦਿੰਦਾ ਤਾਂ ਸ਼ਾਇਦ ਉਹਦੀ ਲੱਤ ਵੱਜ ਜਾਂਦੀ। ਲੇਕਿਨ ਪਲੇਅਰਾਂ ਨੂੰ ਵੀ ਵੀਡੀਓ ਨਹੀਂ ਪਾਉਣੀ ਚਾਹੀਦੀ? ਨਹੀਂ, ਮੇਰੇ ਖਿਆਲ ਨਾਲ ਨਹੀਂ ਪਾਉਣੀ, ਮੁਨਾਸਬ ਨਹੀਂ ਹੈਗਾ, ਮੁਨਾਸਬ ਨਹੀਂ ਲੱਗਦਾ ਜੀ ਬਿਲਕੁਲ। ਅੱਛਾ ਇਹ ਦੱਸੋ ਕਿ ਅਸੀਂ ਮਤਲਬ ਇਹ ਚੀਜ਼ ਦੇਖਦੇ ਆ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਨਹੀਂ ਕਿ ਕਿਸੇ ਬੰਦੇ ਦਾ ਗਲੈਮਰਸ ਜਾਂ ਲੁੱਕ ਉਹਦੀ ਗਲੈਮਰ ਆ ਜਾਂ ਉਹਦੇ ਸਤਾਰਾ ਐਸਾ ਵਾ ਕਿ ਉਹਨੂੰ ਕੁਦਰਤੀ ਫੇਮ ਮਿਲ ਜਾਂਦਾ। ਇਸੇ ਤਰ੍ਹਾਂ ਕਬੱਡੀ ਵਿੱਚ ਵੀ ਆ ਕਿ ਜਿਸ ਤਰ੍ਹਾਂ ਕਹਿ ਲਓ ਕਿ ਬਹੁਤ ਸਟਾਰ ਸਾਡੇ ਜਾਫੀ ਨੇ, ਉਹਨਾਂ ਦੇ ਜੱਫੇ ਇੰਨੇ ਨੇ ਜਿੰਨੇ ਤੁਹਾਡੀ ਪਰਫਾਰਮੈਂਸ ਅੱਛੀ ਰਹੀ ਹੈਗੀ, ਤੁਸੀਂ ਜ਼ਿਆਦਾ ਮੈਚ ਖੇਡੇ ਉਹਨਾਂ ਨੂੰ, ਜ਼ਿਆਦਾ ਤੁਸੀਂ ਪੁਆਇੰਟ ਸਕੋਰ ਕੀਤੇ ਨੇ, ਇਸ ਦੇ ਬਾਵਜੂਦ ਵੀ ਉਹਨਾਂ ਫੇਮ ਤੁਹਾਨੂੰ ਨਹੀਂ ਮਿਲਿਆ ਫੇਮ ਜਿਹੜਾ, ਇਹਨੂੰ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਕਿ ਯਾਰ ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਸਾਡੇ ਬੜੇ ਬੜੇ ਪਿਆਰੇ ਜਾਫੀ ਨੇ, ਬੜੀ ਦੁਨੀਆ ਫੈਨ ਉਹਨਾਂ ਦੀ, ਇਸ ਬਾਰੇ ਕੁਛ ਕਹਿਣਾ ਚਾਹੋਗੇ? ਬਾਜੀ ਤੁਹਾਨੂੰ ਪਤਾ ਹੀ ਆ, ਅਸੀਂ ਜ਼ਰਾ ਥੋੜ੍ਹਾ ਕੁ ਜਾਂ ਇਹ ਹਿਸਾਬ ਲੱਗ ਜਾਂਦਾ, ਅਸੀਂ ਲਾਹੌਰ ਦੇ ਹਾਂ ਤਾਂ ਤੈਨੂੰ ਪਤਾ ਜ਼ਰਾ ਜ਼ਿਆਦਾ ਜਿਹੜੀ ਆ ਕਬੱਡੀ ਤੈਨੂੰ ਪਤਾ ਫੈਸਲਾਬਾਦ ਦੇ ਵਿੱਚ ਆ, ਬਾਕੀ ਅਸੀਂ ਵੀ ਜ਼ਾਹਰ ਹੈ ਜੀ ਫੈਸਲਾਬਾਦ ਰਿਹਾ ਕਿ ਉੱਥੇ ਹਰ ਸ਼ੇ ਸਿੱਖੀ ਆ ਸਾਡੇ ਉਸਤਾਦਾਂ ਕੋਲੋਂ ਹਰ ਸ਼ੇ, ਲੇਕਿਨ ਥੋੜ੍ਹਾ ਫਰਕ ਪੈ ਜਾਂਦਾ ਵਾ, ਕਿਉਂਕਿ ਇੱਕ ਬੰਦਾ ਜਿਹਦੀ ਇੱਕ ਜਗ੍ਹਾ 'ਤੇ ਰਹਿੰਦਾ ਹੋਵੇ, ਉੱਥੇ ਜ਼ਿਆਦਾ ਤੁਹਾਨੂੰ ਪਤਾ ਜਿਹੜੇ ਕਬੱਡੀ ਸਟਾਰ ਹੋਣ ਪਲੇਅਰ ਹੋਣ ਉਹ ਥੋੜ੍ਹੀ ਕੁ ਥੋੜ੍ਹਾ ਕੁ ਮੇਰੇ ਖਿਆਲ ਨਾਲ ਤਾਂ ਇਸ਼ੂ ਆ ਜਾਂਦਾ ਲਾਹੌਰ ਦਾ ਅਤੇ ਫੈਸਲਾਬਾਦ ਦਾ, ਮੇਰੇ ਖਿਆਲ ਨਾਲ ਆਇਆ ਬਾਕੀ। ਅੱਛਾ ਯੰਗਸਟਰ ਕਬੱਡੀਆਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਕਿ? ਯੰਗਸਟਰ ਨੇ ਇਹੀ ਆ ਦੌਰਾਨ ਭਾਈ ਕਿ ਸਭ ਤੋਂ ਪਹਿਲਾਂ ਇੱਜ਼ਤ ਕਰਨਾ ਵੱਡਿਆਂ ਦੀ, ਸੀਨੀਅਰ ਦੀ, ਉਸਤਾਦ ਦੀ, ਇਹ ਸਿੱਖਣ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਮੇਨ ਗੱਲ ਆ। ਇਹ ਮੈਂ ਅੱਗੇ ਵੀ ਗੱਲ ਕਰਦਾ, ਮੈਂ ਕਈ ਇੰਟਰਵਿਊ ਮੈਂ ਆਖਿਆ ਵੀ ਅਦਬ ਦੀ ਮੰਜ਼ਿਲ ਹੈ, ਜਿਸ ਬੰਦੇ ਨੇ ਅਦਬ ਕੀਤਾ ਆਪਣੇ ਉਸਤਾਦਾਂ ਦਾ, ਸੀਨੀਅਰ ਦਾ, ਵੱਡੇ ਦਾ, ਉਹ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਬੰਦਾ ਸੱਚੇ ਦਿਲ ਨਗੋਟਾ ਪਾ ਕਰਕੇ, ਹਜ਼ਰਤ ਅਲੀ ਸ਼ੇਖ ਦਾ ਕਰਮ ਵੱਲੋਂ ਜਿਹੜਾ ਮੈਦਾਨ ਆ, ਜਿਹੜਾ ਬੰਦਾ ਪਾਕ ਹੋ ਕੇ ਵੜ ਜੇ ਨਾ, ਜਿਹੜੀ ਮੈਂ ਗੱਲਾਂ ਕੀਤੀਆਂ ਵਾ, ਅੱਲਾ ਪਾਕ ਉਸ ਬੰਦੇ 'ਤੇ ਆਪਣੀ ਰਹਿਮਤ ਕਰ ਦੇਗਾ ਇਨਸ਼ਾਅੱਲਾ, ਕਿਉਂਕਿ ਅੱਲਾ ਪਾਕ ਤਾਂ ਭਾਵੇਂ ਮੁਸਲਿਮ ਬਗੈਰ ਮੁਸਲਿਮ ਨੇ ਜਿਹੜਾ ਮਿਹਨਤ ਕਰਦਾ ਹੈ ਉਹਦੀ ਰਹਿ ਗਈ। ਇਹ ਦੱਸੋ ਕਿ ਪਾਕਿਸਤਾਨ ਪਲੇਅਰਾਂ ਨੂੰ ਕੈਨੇਡਾ ਪ੍ਰਮੋਟ ਕਰਨ ਦਾ ਸਭ ਤੋਂ ਜ਼ਿਆਦਾ ਕ੍ਰੈਡਿਟ ਕਿਹਨੂੰ ਦਿੰਦੇ ਹੋ ਤੁਸੀਂ? ਪਾਕਿਸਤਾਨ ਦੇ ਵਿੱਚ ਕਿਹੜੇ ਪਲੇਅਰ ਨੇ ਲੈਜੈਂਡਰੀ ਕੋਚਸ ਨੇ ਜਿਹੜੇ ਕਿ ਜ਼ਿਆਦਾ ਵੀਜ਼ੇ ਲਗਵਾ ਰਹੇ ਨੇ ਪਲੇਅਰਾਂ ਦੇ ਬਾਹਰ? ਮੈਂ ਵੇਖੋ ਜੀ ਜਿਹੜੀ ਤੁਹਾਡੇ ਸਾਹਮਣੇ ਗੱਲ ਆ, ਮੈਂ ਤਾਂ ਭਾਈ ਮਿੱਠੂ ਅਤੇ ਉਸਤਾਦ ਅਬਾਸ ਨੂੰ ਦੇਵਾਂਗੇ। ਠੀਕ, ਬਹੁਤ ਅੱਛੀ ਗੱਲ ਹੈ ਬੋ ਜੀ, ਬਹੁਤ ਬਹੁਤ ਸ਼ੁਕਰੀਆ ਨਈਮ ਭਾਈ ਦਾ। ਅਸੀਂ ਬਹੁਤ ਜ਼ਿਆਦਾ ਕੁਐਸਚਨ ਹਾਲੇ ਵੀ ਸਾਡੇ ਕੋਲ ਮੌਜੂਦ ਨੇ, ਅਸੀਂ ਸਾਡੀ ਖੁਆਇਸ਼ ਆ ਕਿ ਅਸੀਂ ਇਹਨਾਂ ਕੋਲ ਪੁੱਛੀਏ, ਲੇਕਿਨ ਵਕਤ ਦੀ ਬਹੁਤ ਜ਼ਿਆਦਾ ਕਮੀ ਹੈ ਕਿਉਂਕਿ ਅਸੀਂ ਲਿਮਿਟਡ ਟਾਈਮ ਵਾਸਤੇ ਇਹਨਾਂ ਕੋਲ ਆਏ ਸੀ। ਫਿਰ ਇਨਸ਼ਾਅੱਲਾ ਤਾਲਾ ਕਿਤੇ ਇਹਨਾਂ ਕੋਲ ਚੱਕਰ ਲੱਗਾ, ਇਹਨਾਂ ਦਾ ਗਰਾਊਂਡ ਵੀ ਦਿਖਾਵਾਂਗੇ, ਇਹਨਾਂ ਦੀ ਟ੍ਰੇਨਿੰਗ ਵੀ ਦਿਖਾਵਾਂਗੇ ਇਨਸ਼ਾਅੱਲਾ ਤਾਲਾ। ਔਰ ਇਸ ਇੰਟਰਵਿਊ ਕਰਨ ਦਾ ਮਕਸਦ ਇਹ ਆ ਕਿ ਜਿਹੜੇ ਸਾਡੇ ਯੰਗਸਟਰ ਨੇ ਜਾਂ ਫੋਲੋਅਰਸ ਨੇ, ਕਬੱਡੀ ਲਵਰਸ ਨੇ, ਉਹਨਾਂ ਤੱਕ ਇਹਨਾਂ ਪਲੇਅਰਾਂ ਦੀ ਯਾਦ ਜਾਂ ਇਹਨਾਂ ਪਲੇਅਰਾਂ ਦੀ ਮੁਹੱਬਤ ਜ਼ਿੰਦਾ ਰੱਖੀ ਜਾਏ, ਔਰ ਆਪਣੇ ਜਿਹੜੇ ਜਿੰਨੇ ਵੀ ਕਾਮਯਾਬ ਕੌਮਾਂ ਨੇ ਉਹ ਆਪਣੇ ਜਿਹੜੇ ਲੈਜੈਂਡਸ ਨੇ ਉਹਨਾਂ ਨੂੰ ਕਦੀ ਭੁੱਲਦੀ ਨਹੀਂ ਹੁੰਦੀ। ਮੇਰਾ ਇਹੀ ਕਹਿਣ ਦਾ ਮਕਸਦ ਆ ਕਿ ਸਾਡੇ ਇਹ ਲੈਜੈਂਡ ਪਲੇਅਰ ਨੇ, ਅਸੀਂ ਪਾਕਿਸਤਾਨ ਦੀ ਕਬੱਡੀ ਜਦੋਂ ਮਸ਼ਹੂਰ ਹੋਈ ਸੋਸ਼ਲ ਮੀਡੀਆ 'ਤੇ ਉਦੋਂ ਲੋਕਾਂ ਨੇ ਇਹਨਾਂ ਸਟਾਰਾਂ ਨੂੰ ਹੀ ਦੇਖਿਆ, ਇਹਨਾਂ ਹੀਰਿਆਂ ਨੂੰ ਹੀ ਦੇਖਿਆ। ਅਤੇ ਅਸੀਂ ਮਜ਼ੀਦ ਇਨਸ਼ਾਅੱਲਾ ਤਾਲਾ ਇਹਨਾਂ ਦਾ ਇੰਟਰਵਿਊ ਕਰਾਂਗੇ, ਲਾਹੌਰ ਆਵਾਂਗੇ, ਇਹਨਾਂ ਕੋਲ ਦੁਬਾਰਾ ਖਾਣਾ ਖਾਵਾਂਗੇ। ਔਰ ਇਹਨਾਂ ਦੀ ਬਹੁਤ ਜ਼ਿਆਦਾ ਮਹਿਮਾਨਵਾਜ਼ੀ ਮਸ਼ਹੂਰ ਆ, ਬੜੇ ਮੁਹੱਬਤ ਵਾਲੇ ਨੇ ਬੜੇ। ਔਰ ਸਾਨੂੰ ਯਕੀਨ ਕਰੋ, ਮੈਂ ਪਾਕਿਸਤਾਨ ਦੇ ਸਾਰੇ ਪਲੇਅਰਾਂ ਦਾ ਨਾਂ ਤਾਂ ਨਹੀਂ ਲੈਂਦਾ ਹੁੰਦਾ, ਬਲਕਿ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਕਿ ਸਾਡੇ ਨਾਲ ਬਿਹੇਵੀਅਰ ਕਿਸੇ ਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ, ਲੇਕਿਨ
ਇਹ ਉਹਨਾਂ ਪਲੇਅਰਾਂ ਚੋਂ ਇਹਨਾਂ ਦਾ ਸ਼ੁਮਾਰ ਜੇ ਕਿ ਜਿਹੜੇ ਸਾਡੇ ਨਾਲ ਜਾਂ ਕਿਸੇ ਵੀ ਬੰਦੇ ਨਾਲ ਕੋਈ ਵੀ ਬੰਦਾ ਆ ਜਾਵੇ ਉਹਨਾਂ ਨਾਲ ਅਖਲਾਕੀ ਤੌਰ 'ਤੇ ਇੰਨੇ ਕੁ ਪਿਆਰੇ ਨੇ, ਇੰਨੇ ਕੁ ਮਿੱਠੇ ਸੁਭਾਅ ਦੇ ਮਾਲਕ ਨੇ ਕਿ ਤੁਹਾਨੂੰ ਫੀਲ ਹੀ ਨਹੀਂ ਹੋਏਗਾ ਕਿ ਜਿਸ ਤਰ੍ਹਾਂ ਕਿ ਤੁਸੀਂ ਮਤਲਬ ਕਿ ਇੱਕ ਬਗਾਨੇ ਬੰਦੇ ਨਾਲ ਮਿਲ ਰਹੇ ਹੋ, ਤੁਹਾਨੂੰ ਇਸ ਤਰ੍ਹਾਂ ਹੀ ਫੀਲ ਹੋਏਗਾ ਜਿਸ ਤਰ੍ਹਾਂ ਅਸੀਂ ਆਪਣੇ ਭਾਈ ਨਾਲ ਮੁਲਾਕਾਤ ਕਰ ਰਹੇ ਹੋ। ਇਨਸ਼ਾਅੱਲਾ ਤਾਲਾ ਮਿਲਦੇ ਹਾਂ ਅਗਲੀ ਵੀਡੀਓ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਪਾਕਿਸਤਾਨ ਜ਼ਿੰਦਾਬਾਦ। कबड्डी जैसे तमाम पंजाबी खेलों को पूरी दुनिया में प्रमोट करने के लिए हमारा साथ दें और YouTube पर मौजूद हमारे चैनल पंजाबी शौक को सब्सक्राइब करें। हर मैच की बरवक्त इत्तला के लिए साथ लगे घंटी के बटन को लाजमी दबाएं। ताज़ा तरीन अपडेट्स के लिए हमारे Facebook पेज, Twitter, Instagram और वेबसाइट को फॉलो करें। मज़ीद तफसीलात के लिए हमारे दिए गए नंबर पर रब्ता करें। इसके अलावा हमारी वीडियोज को फेसबुक और व्हाट्सएप ग्रुप में शेयर करें। अभी YouTube पर लिखें पंजाबी शौक और सब्सक्राइब करें और जुड़े रहें आपके अपने पंजाबी शौक चैनल के साथ। अल्लाह हाफिज़।